ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਪਹਿਲੇ ਦਰਸ਼ਕੋ, ਤੁਹਾਨੂੰ ਪਤਾ ਕਿ ਪੰਜਾਬੀਆਂ ਦਾ ਜਿਹੜਾ ਪ੍ਰਵਾਸ ਨਾਲ ਮੋਹ ਤਾਂ ਬਾਬਾ ਨਾਨਕ ਦੇ ਟਾਈਮ 'ਤੇ ਹੋ ਗਿਆ। ਮੈਨੂੰ ਲੱਗਦਾ ਖੂਨ ਦੇ ਵਿੱਚ ਹੈ ਪੰਜਾਬੀਆਂ ਦੇ, ਖਾਸ ਤੌਰ 'ਤੇ ਸਿੱਖਾਂ ਦਾ ਪ੍ਰਵਾਸ ਤਾਂ, ਕਿਉਂਕਿ ਜਿਵੇਂ ਬਾਬਾ ਨਾਨਕ ਨੇ ਉਦਾਸੀਆਂ ਕੀਤੀਆਂ, ਸਾਡਾ ਜਿਹੜਾ ਪੰਜਾਬੀ ਭਰਾ ਹੈ ਉਹ ਦੁਨੀਆ ਦੇ ਹਰ ਮੁਲਕ ਦੇ ਵਿੱਚ ਵੱਸ ਰਿਹਾ, ਜਾ ਰਿਹਾ, ਮਾਈਗ੍ਰੇਟ ਹੋ ਰਿਹਾ, ਪ੍ਰਵਾਸ ਕਰ ਰਿਹਾ, ਇਹ ਸਭ ਨੂੰ ਪਤਾ। ਹਿੰਦੁਸਤਾਨ ਦੇ ਵਿੱਚੋਂ ਤਕਰੀਬਨ 3 ਕਰੋੜ ਜਿਹੜੇ ਲੋਕ ਨੇ ਉਹ ਵਿਦੇਸ਼ਾਂ ਦੀ ਧਰਤੀ 'ਤੇ ਰਹਿੰਦੇ ਨੇ, ਅਤੇ ਪੰਜਾਬੀਆਂ ਦਾ ਹੀ ਜਿਹੜਾ ਡੈਸਟੀਨੇਸ਼ਨ ਹੈ, ਜਿਸ ਨੂੰ ਕਹਿੰਦੇ ਨੇ ਕਿ ਫੇਵਰੇਟ ਡੈਸਟੀਨੇਸ਼ਨ, ਉਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਹੁਣ ਨਿਊਜ਼ੀਲੈਂਡ ਜਾ ਰਹੇ ਨੇ, ਇਟਲੀ ਜਾ ਰਹੇ ਨੇ, ਅਤੇ ਇੰਗਲੈਂਡ, ਇਹਨਾਂ ਨੇ ਪੰਜਾਬ ਵਸਾ ਲਿਆ। ਜਿਵੇਂ ਪੰਜਾਬ ਤਾਂ ਸੱਚਮੁੱਚ ਗਲੋਬਲ ਹੋ ਗਿਆ। ਇੱਕ ਪੰਜਾਬ ਜਿਹੜਾ ਹੈ ਉਹ ਕੈਨੇਡਾ ਦੇ 3-4 ਸ਼ਹਿਰਾਂ 'ਚ ਵੱਸਦਾ ਹੈ, ਬ੍ਰੈਂਪਟਨ 'ਚ ਵੱਸਦਾ ਹੈ, ਸਰੀ ਦੇ ਵਿੱਚ, ਕੈਲਗਰੀ 'ਚ, ਐਡਮਿੰਟਨ ਦੇ ਵਿੱਚ, ਉਸੇ ਤਰ੍ਹਾਂ ਸਾਊਥ ਵਾਲ ਵਿੱਚ ਪੰਜਾਬ ਵੱਸ ਰਿਹਾ, ਸਿਡਨੀ 'ਚ ਪੰਜਾਬ ਵੱਸਣਾ ਸ਼ੁਰੂ ਹੋ ਗਿਆ। ਇਹ ਸਾਰਾ ਕੁਛ ਉਹਨਾਂ ਪੰਜਾਬੀਆਂ ਦੇ ਜਿਹੜੇ ਬਾਹਰ ਗਏ ਨੇ, ਉਹਨਾਂ ਦਾ ਆਪਣੀ ਧਰਤੀ ਨਾਲ ਬੜਾ ਮੋਹ ਹੈ। ਉਹ ਸਾਡੀ ਸਿਆਸਤ ਨੂੰ ਵੀ ਦੇਖਦੇ ਨੇ, ਜਿੰਨੇ ਅਖਬਾਰ ਉੱਥੇ ਕੈਨੇਡਾ ਦੀ ਧਰਤੀ 'ਚ ਪੰਜਾਬੀ ਦੇ ਨਿਕਲਦੇ ਨੇ, ਜਿੰਨੇ ਰੇਡੀਓ ਸਟੇਸ਼ਨ ਉੱਥੇ ਕੰਮ ਕਰਦੇ ਨੇ, ਸ਼ਾਇਦ ਹਿੰਦੁਸਤਾਨ 'ਚ ਨਹੀਂ ਕਰਦੇ। ਤਾਂ ਇਹ ਸਾਰਾ ਕੁਛ ਇੱਕ ਮੋਹ ਦੇ ਕਾਰਨ ਹੀ ਹੈ। ਤੁਸੀਂ ਪਿਛਲੀ ਇਲੈਕਸ਼ਨ 'ਚ ਦੇਖਿਆ ਕਿ ਕੈਨੇਡਾ ਦੇ ਜਿਹੜੇ ਲੋਕਾਂ ਨੇ ਪੰਜਾਬ ਦੀ ਇਲੈਕਸ਼ਨ 'ਚ ਹਰ ਤਰ੍ਹਾਂ ਜਿਹੜੀ ਹੈ ਉਹਦੇ 'ਚ ਪਾਰਟੀਸਪੇਸ਼ਨ ਕੀਤੀ। ਕੀ ਹੈ ਇਹ ਮੋਹ ਕਾਰਨ, ਹੈ ਕਿਸ ਕਾਰਨ, ਹੈ ਇਹ ਸਵਾਲ ਹੈ ਅੱਜ ਦਾ ਜਿਹੜਾ ਮੁੱਦਾ ਅਸੀਂ ਲੈ ਕੇ ਚੱਲੇ ਹਾਂ ਕਿ ਜਿਹੜੀ ਮਾਂ ਭੂਮੀ ਨਾਲ ਜਿਹੜਾ ਮੋਹ ਹੈ। ਲੇਕਿਨ ਉਸਨੂੰ ਅਸੀਂ ਡਾਇਸਪੋਰਾ ਦੇ ਐਂਗਲ ਤੋਂ ਵੀ ਦੇਖ ਸਕਦੇ ਹਾਂ ਕਿ ਡਾਇਸਪੋਰਾ ਦੇ ਬੜੇ ਚੱਲ ਰਹੇ ਨੇ, ਬਹੁਤ ਸਾਰੀਆਂ ਫਿਲਮਾਂ ਬਣੀਆਂ, ਹਰਭਜਨ ਮਾਨ ਦੀਆਂ ਸਾਰੀਆਂ ਫਿਲਮਾਂ ਜਿਹੜੀਆਂ ਨੇ ਉਹ ਡਾਇਸਪੋਰਾ ਨੂੰ ਲੈ ਕੇ ਬਣੀਆਂ। ਇਸੇ ਤਰੀਕੇ ਨਾਲ ਬਹੁਤ ਸਾਰੇ ਗੀਤ ਲਿਖੇ ਗਏ, ਬਹੁਤ ਕੁਛ ਹੈ। ਇਹਦੇ ਚਰਚਾ ਅਸੀਂ ਅੱਜ ਕਰਨੀ ਹੈ। ਇੱਥੇ ਚਰਚਾ ਕਰਨ ਲਈ ਸਾਡੇ ਸਟੂਡੀਓ 'ਚ ਅਸੀਂ ਕੁਛ ਮਾਹਰ ਵਿਦਵਾਨ ਸੱਦੇ ਨੇ, ਮੈਂ ਤੁਹਾਡੇ ਨਾਲ ਉਹਨਾਂ ਦਾ ਤਾਰਫ ਕਰਾਉਣਾ। ਡਾਕਟਰ ਕੇਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਰਹੇ ਨੇ, ਲਗਾਤਾਰ ਵਿਦੇਸ਼ਾਂ 'ਚ ਆਉਂਦੇ ਜਾਂਦੇ ਨੇ। ਉਹਨਾਂ ਦਾ ਜਿਹੜਾ ਸਪੁੱਤਰ ਉਹ ਵੀ ਆਸਟ੍ਰੇਲੀਆ 'ਚ ਵੱਸਦਾ, ਇਸ ਕਰਕੇ ਉਹਨਾਂ ਦਾ ਆਉਣ ਜਾਣ ਬਣਿਆ ਰਹਿੰਦਾ। ਡਾਕਟਰ ਮਨਜੀਤ ਸਿੰਘ ਸਮਾਜ ਵਿਗਿਆਨੀ ਨੇ, ਉਹ ਵੀ ਸਾਡੇ ਨਾਲ ਜੁੜੇ ਨੇ, ਅਤੇ ਡਾਕਟਰ ਮਨਜੀਤ ਸਿੰਘ ਪਿਛਲੇ ਦਿਨੀ 22-25 ਕੰਟਰੀ ਜਿਹੜੇ ਘੁੰਮ ਕੇ ਆਏ ਨੇ, ਅਤੇ ਉਹਨਾਂ ਨੇ ਇਸ ਵਿਸ਼ੇ 'ਤੇ, ਪ੍ਰਵਾਸ ਦੇ ਵਿਸ਼ੇ 'ਤੇ, ਕਿਉਂਕਿ ਸਮਾਜ ਵਿਗਿਆਨੀ ਨੇ ਬਹੁਤ ਨੇੜਿਓਂ ਦੇਖਿਆ, ਉਸ 'ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ। ਅਤੇ ਸਾਡੇ ਤੀਜੇ ਗੈਸਟ ਅੱਜ ਨੇ ਡਾਕਟਰ ਮਨਜੀਤ ਇੰਦਰ ਸਿੰਘ। ਡਾਕਟਰ ਮਨਜੀਤ ਇੰਦਰ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਜਿਹੜਾ ਡਾਇਸਪੋਰਾ ਦਾ ਸੈਂਟਰ ਹੈ ਉਹਦੇ ਅਸਿਸਟੈਂਟ ਡਾਇਰੈਕਟਰ ਰਹੇ ਨੇ। ਤੁਹਾਡਾ ਸਭ ਦਾ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਡਾਕਟਰ ਮਨਜੀਤ, ਮੈਂ ਤੁਹਾਡੇ ਤੋਂ ਗੱਲ ਸ਼ੁਰੂ ਕਰਦਾ। ਤੁਸੀਂ ਕਿਉਂਕਿ ਘੁੰਮ ਕੇ ਆਏ ਹੋ ਔਰ ਤੁਸੀਂ ਬੜੇ ਨੇੜਿਓਂ ਦੇਖਿਆ, ਸਮਾਜ ਵਿਗਿਆਨੀ ਹੋ, ਸਾਰਾ ਜਿਹੜੇ ਵਿਦੇਸ਼ੀ ਜਿਹੜੇ ਪੰਜਾਬੀ ਨੇ ਪ੍ਰਵਾਸ ਕਰਕੇ ਜਿਹੜੇ ਪ੍ਰਵਾਸੀ ਗਏ ਨੇ, ਜਿਹੜੇ ਉੱਥੇ ਰਹਿ ਰਹੇ ਨੇ, ਸਭ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਮੇਰਾ ਪਹਿਲਾ ਸਵਾਲ ਕਿ ਇਹ ਜਿਹੜੇ ਪ੍ਰਵਾਸੀ ਨੇ, ਇਹਨਾਂ ਦੀ ਪੈਸੇ ਤਾਂ ਇਹ ਦੱਸੋ ਵੀ ਗਿਣਤੀ ਕਿਹੜੀ ਹੈ, ਕਿੰਨੀ ਹੈ, ਕਿਹੜੇ ਕੰਟਰੀ 'ਚ ਜ਼ਿਆਦਾ ਨੇ, ਤਾਂ ਕਿ ਉੱਥੋਂ ਅਸੀਂ ਗੱਲ ਅੱਗੇ ਚਲਾ ਸਕੀਏ। ਦੇਖੋ ਵਾਲੇ ਸਾਹਿਬ, ਇਸ ਤਰ੍ਹਾਂ ਗਿਣਤੀ ਦੇ ਹਿਸਾਬ ਨਾਲ ਇਸ ਵਕਤ ਇੰਡੀਆ ਦੀ ਜੇ ਪਾਪੂਲੇਸ਼ਨ ਆਪਾਂ ਦੇਖਦੇ ਹਾਂ ਤਾਂ ਤਕਰੀਬਨ 3.5 ਤੋਂ 4% ਦੇ ਕਰੀਬ ਜਿਹੜੇ ਰਫਲੀ 4 ਕਰੋੜ ਨੂੰ ਟੱਚ ਕਰ ਜਾਣਗੇ ਇੰਡੀਅਨ ਜਿਹੜੇ ਨੇ ਬਾਹਰ ਨੇ ਜੀ। ਔਰ ਉਸ ਦੇ ਵਿੱਚ 2 ਤਰ੍ਹਾਂ ਦੇ ਨੇ, ਇੱਕ ਤਾਂ ਉਹ ਨੇ ਕਿ ਜਿਹੜੀ ਫਸਟ ਜਨਰੇਸ਼ਨ ਉੱਥੇ ਜਿਨ੍ਹਾਂ ਦਾ ਬਰਥ ਇੰਡੀਆ 'ਚ ਹੋਇਆ ਅਤੇ ਬਾਹਰ ਗਏ ਨੇ, ਉਹ ਵੀ ਤਕਰੀਬਨ 50% ਬਣਦੇ ਨੇ, 2 ਕਰੋੜ ਦੇ ਕਰੀਬ ਬਣਦੇ ਜੀ। 2 ਕਰੋੜ ਦੇ ਕਰੀਬ ਇਹੋ ਜਿਹੇ ਪਾਪੂਲੇਸ਼ਨ ਆ ਜਿਨ੍ਹਾਂ ਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਉੱਥੇ ਗਏ ਸੀਗੇ ਅਤੇ ਉੱਥੇ ਹੀ ਉਹਨਾਂ ਦਾ ਜਨਮ ਹੋਇਆ ਅਤੇ ਬੋਰਨ ਐਂਡ ਬਰੋਟ ਅਪ ਉੱਥੋਂ ਦੇ ਦਿੰਦਾ। ਪੰਜਾਬੀ ਕਿੰਨੇ ਕਿੰਨੇ ਡਾਕਟਰ ਸਾਹਿਬ ਇਹਨਾਂ 'ਚੋਂ ਪੰਜਾਬੀਆਂ ਦੀ ਜਿਹੜੀ ਗਿਣਤੀ, ਕਿਉਂਕਿ ਜਦੋਂ ਪੰਜਾਬੀ ਪਾਪੂਲੇਸ਼ਨ ਦੇਖਦੇ ਹਾਂ ਤਾਂ ਪੰਜਾਬੀ ਪਾਪੂਲੇਸ਼ਨ ਕੋਲ ਬਹੁਤ ਜ਼ਿਆਦਾ ਨਹੀਂ ਹੈ, ਮੇਰੇ ਖਿਆਲ ਲੱਖਾਂ ਦੇ ਵਿੱਚ ਆ ਜੀ, 50-60 ਲੱਖ ਦੇ ਕਰੀਬ ਪੰਜਾਬੀ ਜਿਹੜੇ ਹੋਣਗੇ। ਕਿਹੜੇ ਕੰਟਰੀ ਸਭ ਤੋਂ ਜ਼ਿਆਦਾ ਨੇ ਬਾਹਰ ਨੇ ਪੰਜਾਬੀ ਜਿਹੜੇ? ਸਭ ਤੋਂ ਜ਼ਿਆਦਾ USA ਦੇ ਵਿੱਚ ਵੀ ਨੇ ਜੀ, ਕੈਨੇਡਾ ਦੇ ਵਿੱਚ ਵੀ ਨੇ, ਆਸਟ੍ਰੇਲੀਆ ਦੇ ਵਿੱਚ ਵੀ ਨੇ ਜੀ, ਹਾਂਗਕਾਂਗ ਹੈ, ਯੂਨਾਈਟਿਡ ਕਿੰਗਡਮ ਆ, ਕਿਉਂਕਿ UK ਦੇ ਵਿੱਚ ਬਹੁਤ ਦੇਰ ਤੋਂ ਜਿਹੜੇ ਪੰਜਾਬੀ ਨੇ ਉਹ ਜਾ ਰਹੇ ਨੇ। ਇਸ ਕਿਸਮ ਦਾ ਜਿਹੜੀ ਕੰਸੈਂਟਰੇਸ਼ਨ ਪੰਜਾਬੀਆਂ ਦੀ ਉਹ ਹੈਗੀ ਆ। ਜਿਵੇਂ ਹਾਂਗਕਾਂਗ ਦੀ ਆਪਾਂ ਗੱਲ ਕਰਦੇ ਹਾਂ ਜੀ, ਤਾਂ ਹਾਂਗਕਾਂਗ ਦੇ ਵਿੱਚ ਮਤਲਬ ਹਰ ਤੀਜਾ ਬੰਦਾ ਤੁਹਾਨੂੰ ਜਿਹੜਾ ਖਾਸ ਤੌਰ 'ਤੇ ਡੋਲਰਸੈਂਟਸ ਜਿਹੜੇ ਨੇ ਉਹ ਪੰਜਾਬੀ ਬੋਲਦਾ ਮਿਲ ਜਾਏਗਾ ਜੀ। ਸੋ ਇਸ ਕਰਕੇ ਪੰਜਾਬੀਆਂ ਦੀ ਜਿਹੜੀ ਪਾਪੂਲੇਸ਼ਨ ਹੈ ਭਾਵੇਂ ਥੋੜ੍ਹੀ ਆ ਉੱਥੇ ਹਾਂਗਕਾਂਗ ਦੇ ਵਿੱਚ ਵੀ, ਪੰਜਾਬੀਆਂ 'ਚੋਂ ਸਿੱਖਾਂ ਦੀ ਜ਼ਿਆਦਾ, ਪੰਜਾਬੀਆਂ 'ਚ ਸਿੱਖਾਂ ਦੀ ਪਾਪੂਲੇਸ਼ਨ ਜ਼ਿਆਦਾ ਜੀ, ਕਿਉਂਕਿ ਸਿੱਖਾਂ ਦੀ ਇਸ ਕਰਕੇ ਪਾਪੂਲੇਸ਼ਨ ਜ਼ਿਆਦਾ। ਜੇ ਆਪਾਂ ਹਾਂਗਕਾਂਗ ਦਾ ਵੀ ਕੇਸ ਕਰਦੇ ਹਾਂ ਤਾਂ ਬ੍ਰਿਟਿਸ਼ਰਸ ਨੇ ਲਿਜਾਣਾ ਸ਼ੁਰੂ ਕੀਤਾ ਸੀ। 1939 'ਚ ਬ੍ਰਿਟਿਸ਼ਰਸ ਨੇ 2 ਆਰਮੀ ਦੀਆਂ ਰੈਜੀਮੈਂਟਸ ਜਿਹੜੀਆਂ ਸੀਗੀਆਂ ਉਹ ਖੜੀਆਂ ਕੀਤੀਆਂ। ਇੱਕ ਸੀ ਪੰਜਾਬ ਰੈਜੀਮੈਂਟ, ਇੱਕ ਦਾ ਨਾਂ ਉਹਨਾਂ ਨੇ ਰੱਖਿਆ ਸੀ ਸਿੱਖ ਰੈਜੀਮੈਂਟ।
ਪ੍ਰਾਪ ਪੰਜਾਬ ਰੈਜੀਮੈਂਟ ਦੇ ਵਿੱਚ ਉਹਨਾਂ ਨੇ 50% ਮੁਸਲਮਾਨ ਲਏ ਸੀਗੇ ਅਤੇ 30% ਹਿੰਦੂ ਲਏ ਸੀ ਅਤੇ 20% ਜਿਹੜੇ ਸੀਗੇ ਸਿੱਖ ਲਏ ਸੀ। ਜਿਹੜੀ ਸਿੱਖ ਰੈਜੀਮੈਂਟ ਬਣਾਈ ਸੀ ਉਹਨਾਂ ਨੇ ਕੋਈ 10,000 ਦੀ ਨਫਰੀ ਸੀ, ਪੰਜਾਬ ਰੈਜੀਮੈਂਟ ਦੀ 25,000 ਦੀ ਨਫਰੀ ਸੀਗੀ। ਉਸ ਦੇ ਵਿੱਚ ਉਹਨਾਂ ਨੇ 80% ਸਿੱਖ ਲਏ ਸੀ ਅਤੇ 20% ਪੰਜਾਬੀ ਹਿੰਦੂ ਲਏ ਸੀ। ਜੋ ਇਹਦਾ ਮਤਲਬ ਕਿ ਹਾਂਗਕਾਂਗ ਤੋਂ ਉਸ ਤੋਂ ਬਾਅਦ ਬਾਹਰ ਵੀ ਚਲੇ ਗਏ। ਡਾਕਟਰ ਮਨਜੀਤ ਪਿੰਦਰ ਹੋਣਾ ਨੂੰ ਇਹ ਸਵਾਲ ਹੈ, ਉਸ ਤੋਂ ਬਾਅਦ ਆਪਾਂ ਆਉਣਾ ਹੈ ਡਾਕਟਰ ਮਨਜੀਤ ਤੁਹਾਡੇ ਕੋਲ ਦੁਬਾਰਾ। ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੇ ਜਦੋਂ ਸਾਰੇ ਲੋਕ ਚਲੇ ਜਾਂਦੇ ਨੇ, 4 ਕਰੋੜ ਚਲਿਆ ਗਿਆ, ਇਹਨਾਂ ਨੂੰ ਅਸੀਂ ਡਾਇਸਪੋਰਾ ਕਹਿੰਦੇ ਹਾਂ ਪੰਜਾਬ ਜਾਂ ਇੰਡੀਆ, ਇਹ ਡਾਇਸਪੋਰਾ ਲਫ਼ਜ਼ ਹੈ ਕੀ ਬਾਈ ਦੀ ਬੇ? ਦੇਖੋ ਡਾਇਸਪੋਰਾ ਦਾ ਜੇ ਅਸਲੀ ਮੀਨਿੰਗ ਲਈਏ, ਲਿਟਰਲ ਮੀਨਿੰਗ ਲਈਏ, ਤਾਂ ਉਹ ਜਿਊਜ਼ ਦੀ ਜਿਹੜੀ ਬੈਬੀਲੋਨੀਅਨ ਐਗਜ਼ਾਈਲ ਸੀ ਜਿਹੜੀ ਲੱਖਾਂ ਸਾਲ ਪਹਿਲਾਂ ਹੋਈ ਸੀ ਜੀ, ਉਸ ਤੋਂ ਮਤਲਬ ਇਹਦਾ ਕੋਨਸੈਪਟ ਜਿਹੜਾ ਬਣਿਆ ਜੀ, ਅਤੇ ਇਹਦਾ ਮੀਨਿੰਗ ਜਿਹੜਾ ਹੈਗਾ ਉਹ ਖਿਲਰਨਾ ਕਿਸੇ ਚੀਜ਼ ਦਾ ਜਾਂ ਸਕੈਟਰਿੰਗ ਜਿਸਨੂੰ ਅਸੀਂ ਕਹਿੰਦੇ ਹਾਂ। ਤਾਂ ਪੰਜਾਬੀਆਂ ਦੀ ਤਰ੍ਹਾਂ ਹੋਰ ਦੁਨੀਆਂ ਦੇ ਜਿਹੜੀਆਂ ਰੇਸਿਸ ਨੇ ਉਹ ਵੀ ਇਸੇ ਤਰ੍ਹਾਂ ਵਰਲਡ ਵਿੱਚ ਸਕੈਟਰ ਹੋਈਆਂ ਹੋਈਆਂ, ਜਿਊਜ਼ ਨੇ, ਅਫਰੀਕਨਸ ਨੇ, ਮੈਕਸੀਕਨ ਨੇ, ਚਾਈਨੀਜ਼ ਨੇ, ਬਹੁਤ ਸਾਰੇ ਜਿਹੜੇ ਯੂਰੋਪੀਅਨਸ ਨੇ, ਬਹੁਤ ਸਾਰੇ ਲੋਕ ਨੇ, 25 ਕਰੋੜ ਦੇ ਕਰੀਬ ਲੋਕ ਨੇ ਜਿਹੜੇ ਆਪਣੇ ਦੇਸ਼ ਛੱਡ ਕੇ ਦੂਜੇ ਬਾਹਰ ਰਹਿ ਰਹੇ ਨੇ। ਹਾਂਜੀ, ਸੋ ਪੰਜਾਬੀ ਵੀ ਉਹਨਾਂ ਵਿੱਚੋਂ ਇੱਕ ਨੇ। ਜੇ ਭਾਰਤੀ ਮੂਲ ਦੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਭਾਰਤੀ ਮੂਲ ਦੇ ਜਿਵੇਂ ਗੁਜਰਾਤੀ, ਕੇਰਲਾਈਟ, ਬੰਗਾਲੀ ਨੇ, ਉਹਨਾਂ ਵਿੱਚੋਂ ਪੰਜਾਬੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈਗੀ ਹੈ ਔਰ ਉਹਦੇ ਕਈ ਕਿਸਮ ਦੇ ਰੀਜ਼ਨਸ ਹਨ। ਜੀ ਜੀ, ਮੈਂ ਡਾਕਟਰ ਕੇਰ ਸਿੰਘ ਜਿੱਥੇ ਜਿਵੇਂ ਡਾਕਟਰ ਮਨਜੀਤ ਇੰਦਰ ਹੋਰਾਂ ਨੇ ਅਤੇ ਡਾਕਟਰ ਮਨਜੀਤ ਹੋਰਾਂ ਨੇ ਕਿਹਾ ਕਿ ਪੰਜਾਬੀ ਭਾਵੇਂ ਉਹਨਾਂ ਦੇ ਮੁਕਾਬਲੇ, ਇੰਡੀਅਨ ਦੇ ਮੁਕਾਬਲੇ ਘੱਟ ਨੇ, ਲੇਕਿਨ ਪੋਲੀਟੀਕਲੀ ਆਪਾਂ ਦੇਖਿਆ ਕੈਨੇਡਾ ਦੇ ਵਿੱਚ ਤਾਂ 20-22 ਨੇ। ਕੀ ਪੰਜਾਬੀ ਜਾਂ ਖਾਸ ਤੌਰ 'ਤੇ ਸਿੱਖ ਇਹ ਸਿਆਸਤ 'ਚ ਜ਼ਿਆਦਾ ਦਿਲਚਸਪੀ ਰੱਖਦੇ ਨੇ, ਕੀ ਕਾਰਨ ਲੱਗਦਾ? ਵਾਲੀਆ ਸਾਹਿਬ, ਇਸ ਤਰ੍ਹਾਂ ਹੈ ਕਿ ਜਦੋਂ ਆਪਾਂ ਇਹ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ ਨਾ ਜੀ ਜੀ, ਅਤੇ ਆਹ ਜਿਹੜੇ ਯੂਨਾਈਟਿਡ ਅਰਬ ਰਿਪਬਲਿਕ 'ਚ ਗਏ ਜਾਂ ਮਿਡਲ ਈਸਟ ਵਿੱਚ ਗਏ, ਇਹਨਾਂ ਨੂੰ ਅਸੀਂ ਕੋਈ ਬਹੁਤੀ ਇੰਪੋਰਟੈਂਸ ਦਿੰਦੇ ਨਹੀਂ, ਕਿਉਂਕਿ ਰੋਜ਼ੀ ਕਮਾਉਣ ਵਾਸਤੇ ਲੋਕ ਵਿਚਾਰੇ, ਗਰੀਬ ਤਬਕਾ ਬਹੁਤਾ ਜ਼ਿਆਦਾ ਹੈ। ਚਾਹੇ ਅਸੀਂ ਰੋਟੀ ਕਮਾਉਣ ਹੀ ਗਏ, ਪਰ ਉੱਥੇ ਜਾ ਕੇ ਅਸੀਂ ਸਥਾਪਿਤ ਹੋ ਚੁੱਕੇ ਹਾਂ, ਖਾਸ ਕਰਕੇ ਵੈਸਟਰਨ ਵਰਲਡ ਦੇ ਵਿੱਚ। ਵੈਸਟਰਨ ਵਰਲਡ ਦੀਆਂ ਜਿਹੜੀਆਂ ਡਿਵੈਲਪ ਕੰਟਰੀਜ਼ ਹੈਗੀਆਂ ਉਹਨਾਂ ਵਿੱਚ ਸਿੱਖਾਂ ਦੀ ਪ੍ਰੈਜੈਂਟੇਸ਼ਨ ਜਿਹੜੀ ਹੈ, ਪ੍ਰੈਜੈਂਸ ਉਹ ਜ਼ਿਆਦਾ ਹੈ। ਗੁਜਰਾਤੀ ਨੰਬਰ 1 ਹੈ ਮੇਰੀ ਜਾਣਕਾਰੀ ਮੁਤਾਬਕ, ਨੰਬਰ 2 'ਤੇ ਪੰਜਾਬੀ ਆਉਂਦੇ ਆ, ਔਰ ਪੰਜਾਬੀਆਂ 'ਚੋਂ ਸਿੱਖ ਜਿਹੜੇ ਆ ਕੈਨੇਡਾ, ਇਹ ਅਮਰੀਕਾ 'ਚ ਜ਼ਿਆਦਾ, ਅਮਰੀਕਾ ਵਿੱਚ ਜ਼ਿਆਦਾ ਅਤੇ UK 'ਚ ਜ਼ਿਆਦਾ, ਅਤੇ ਇੱਧਰ ਤਾਂ ਹੈ ਹੀ ਆ ਜਿੱਥੇ ਪੰਜਾਬੀ ਕੈਨੇਡਾ ਨੇ ਉੱਥੇ ਵੀ ਗੁਜਰਾਤੀ ਨਹੀਂ, ਨਹੀਂ ਕੈਨੇਡਾ ਵਿੱਚ ਗੁਜਰਾਤੀ ਜ਼ਿਆਦਾ, ਸਿਰਫ ਅਮਰੀਕਾ ਔਰ ਇੰਗਲੈਂਡ ਦੀ ਮੈਂ ਗੱਲ ਕਰਦਾ ਜੀ, ਔਰ ਅਫਰੀਕਾ 'ਚ ਤਾਂ ਹੈ ਹੀ ਹੈ, ਪਹਿਲਾਂ ਉੱਥੇ ਜ਼ਿਆਦਾ ਗਏ ਸੀ। ਦੇਖੋ UK ਦੇ ਵਿੱਚ ਵੀ ਜ਼ਿਆਦਾ ਉਹ ਪੰਜਾਬੀਆਂ ਦੀ ਪ੍ਰੈਜੈਂਸ ਜਿਹੜੀ ਆ, ਔਰ ਸਿੱਖਾਂ ਦੀ ਪ੍ਰੈਜੈਂਸ ਜਿਹੜੀ ਹੈ ਉਹ ਕੈਨੇਡਾ ਵਿੱਚ ਜ਼ਿਆਦਾ, ਔਰ ਅਮਰੀਕਾ 'ਚ ਵੀ ਹੈਗੀ ਹੈ। ਪਰ ਉਹਨਾਂ ਦੀ ਜਿਹੜੀ ਤੁਸੀਂ ਕਹਿੰਦੇ ਹੋ ਨਾ ਕਿ ਰਾਜਨੀਤਿਕ ਪ੍ਰਭਾਵ ਜ਼ਿਆਦਾ ਕਿਉਂ ਹੈ, ਉਹਦਾ ਕਾਰਨ ਇਹ ਹੈ ਕਿ ਉਹ ਕੁਛ ਸੀਮਿਤ ਖੇਤਰਾਂ ਦੇ ਵਿੱਚ ਉਹਨਾਂ ਦੀ ਪਾਪੂਲੇਸ਼ਨ ਕੰਸੈਂਟ੍ਰੇਟਿਡ ਹੈ। ਓਕੇ, ਉਹ ਕੁਝ ਥਾਵਾਂ 'ਤੇ ਉਹ ਕੇਂਦਰ ਜਾਣਬੁੱਝ ਕੇ ਇਕੱਠੇ ਹੋਏ ਜਾਂ ਮਤਲਬ ਉਹਨਾਂ ਦਾ ਕੀ ਕਾਰਨ ਵੀ ਪੋਲੀਟੀਕਲ ਹੋਏ ਜਾਂ ਕਿਵੇਂ ਹੋਏ? ਨਹੀਂ, ਉਹ ਇਸ ਤਰ੍ਹਾਂ ਹੁੰਦਾ ਜੀ ਕਿ ਉੱਥੇ ਪਰਿਵਾਰ ਜਾਂਦਾ ਇੱਕ, ਆਪਾਂ ਦੇਖੋ ਸਾਡਾ ਸੁਭਾਅ ਇਹ ਹੈ ਵੀ ਇੱਕ ਜਿੱਥੇ ਕੋਈ ਸਾਨੂੰ ਜਾਣਦਾ, ਜਿੱਥੇ ਰੁਜ਼ਗਾਰ ਦੇ ਸਾਧਨ ਹਨ, ਉੱਥੇ ਪਹਿਲਾਂ ਸਾਡੇ ਲੋਕ ਗਏ, ਮੁੜ ਕੇ ਉਹਨਾਂ ਨੇ ਆਪਣੀਆਂ ਫੈਮਿਲੀਜ਼ ਵਾਲਿਆਂ ਨੂੰ ਸਪੋਂਸਰ ਕਰ ਦਿੱਤਾ, ਰਿਸ਼ਤੇਦਾਰਾਂ ਨੂੰ ਸਪੋਂਸਰ ਕਰ ਦਿੱਤਾ, ਜਿੱਥੇ ਜਿੱਥੇ ਗਏ ਉੱਥੇ ਉੱਥੇ ਕੰਸਨਟ੍ਰੇਸ਼ਨ ਉਹਨਾਂ ਦੀ ਜ਼ਿਆਦਾ ਹੁੰਦੀ ਗਈ ਹੈ। ਔਰ ਉਹੀ ਕਾਰਨ ਹੈ ਕਿ ਸਾਡਾ ਰਾਜਨੀਤੀ ਦੇ ਵਿੱਚ ਪ੍ਰਭਾਵ ਸਾਡਾ ਜ਼ਿਆਦਾ ਹੈ, ਕਿਉਂਕਿ ਅਸੀਂ ਕੁਝ ਖਾਸ ਕੰਸਟੀਚੁਐਂਸੀਜ਼ ਦੇ ਵਿੱਚ ਪ੍ਰਭਾਵਸ਼ਾਲੀ ਸਾਡੀ ਵੋਟਰ ਦੀ ਗਿਣਤੀ ਹੈ। ਡਾਕਟਰ ਮਨਜੀਤ, ਤੁਸੀਂ ਜਿਵੇਂ ਬਹੁਤ ਸਾਰੇ ਕੰਟਰੀ ਜਾ ਕੇ ਦੇਖਿਆ ਕਿ ਕੀ ਪੰਜਾਬੀਆਂ ਦੀ ਪੋਜੀਸ਼ਨ ਕੀ ਹੈ, ਆਰਥਿਕ ਹਾਲਤ ਕੀ ਹੈ, ਸਮਾਜਿਕ ਹਾਲਤ ਕੀ ਹੈ ਉੱਥੇ? ਨਹੀਂ, ਉਹ ਠੀਕ ਹੈ ਤੁਹਾਡੀ ਗੱਲ, ਮੈਂ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਜਿਹੜੇ ਡਾਕਟਰ ਕੇਰ ਸਿੰਘ ਹੋਣਾ ਨੇ ਨਾ ਗੱਲ ਕੀਤੀ ਕੰਸਨਟ੍ਰੇਸ਼ਨ ਕਿੱਥੇ ਆ, ਜਿਵੇਂ UK ਹੈ, UK ਦੇ ਵਿੱਚ ਇਸ ਵਕਤ ਕੋਈ 7.5 ਲੱਖ ਦੇ ਕਰੀਬ ਇੰਡੀਅਨ ਜਿਹੜੇ ਨੇ ਰਹਿ ਰਹੇ ਨੇ, ਉਹਨਾਂ ਦੇ ਵਿੱਚੋਂ 3.5 ਲੱਖ ਜਿਹੜੇ ਪੰਜਾਬੀ ਨੇ ਜੀ। ਇਸੇ ਤਰ੍ਹਾਂ ਹੀ ਇੰਗਲੈਂਡ ਦੇ ਵਿੱਚ ਵੀ ਜਿਵੇਂ BC ਆ ਕੈਨੇਡਾ ਦੇ ਵਿੱਚ, ਉੱਥੇ ਜਿੰਨੇ ਵੀ ਬਾਹਰ ਤੋਂ ਇਮੀਗ੍ਰੈਂਟਸ ਗਏ ਨੇ 85% ਜਿਹੜੇ ਨੇ ਉਹ ਪੰਜਾਬੀ ਨੇ ਜੀ। ਪੰਜਾਬੀਆਂ ਦੇ ਵਿੱਚ ਇੰਗਲੈਂਡ ਦਾ ਤਾਂ ਆਪਾਂ ਕਹਿੰਦੇ ਸਿੱਖ ਇੰਨੇ ਨੇ, ਸਿੱਖ ਤਾਂ ਸਰਟਨਲੀ ਜਿਹੜੇ ਨੇ ਇੰਡੀਅਨ ਪੰਜਾਬ ਤੋਂ ਗਏ ਨੇ। ਅੱਜ ਜਦੋਂ ਕਈ ਵਾਰ ਪੰਜਾਬੀ ਆਪਾਂ ਲੈਂਦੇ ਹਾਂ, ਜਿਹੜੀ ਇੰਟਰਨੈਸ਼ਨਲ ਔਰਗਨਾਈਜੇਸ਼ਨ ਦੀ, ਪਾਕਿਸਤਾਨੀ ਪੰਜਾਬੀਆਂ ਨੂੰ ਵੀ ਉਹਦੇ ਵਿੱਚ ਐਡ ਕਰ ਦਿੰਦੀਆਂ ਨੇ, ਕਿ ਇਹ ਡਿਫਰੈਂਸ ਕਰਨ ਦੀ ਵੀ ਇੱਕ ਦਫ਼ਾ ਜ਼ਰੂਰਤ ਜਿਹੜੀ ਆ ਉਹ, ਕਿਉਂਕਿ ਉਹ ਵੀ ਪੰਜਾਬੀ ਨੇ, ਉਹ ਵੀ ਪੰਜਾਬੀ ਨੇ, ਕਿਉਂਕਿ ਇੰਟਰਨੲਸ਼ਨਲ ਜਿਹੜੇ ਨੇ ਉਹ ਪੰਜਾਬੀ ਪੰਜਾਬ ਸਮਝਦੇ ਨੇ, ਪਾਕਿਸਤਾਨ ਔਰ ਇੰਡੀਆ ਦੇ ਵਿੱਚ ਉਹ ਤਾਂ ਰਾਦਰ ਏਸ਼ੀਅਨ ਕਰਦੇ ਨੇ, ਇਹ ਨਹੀਂ ਕਰਦੇ ਗੇ ਇਸ ਕਿਸਮ ਦੇ।
ਸੈਕਿੰਡ ਜਿਹੜੀ ਗੱਲ ਕਹਿ ਰਹੇ ਹਾਂ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਇਹਨਾਂ ਦੀ ਵਿਜੀਬਿਲਟੀ ਜ਼ਿਆਦਾ ਵਿਜੀਬਿਲਟੀ, ਜਿਵੇਂ ਆਪਾਂ ਫਰਜ਼ ਕਰੋ ਕਹਿੰਦੇ ਹਾਂ ਕਿ ਕੈਨੇਡਾ 'ਚ ਤਾਂ ਚਲੋ ਇਹਨਾਂ ਦਾ ਨੰਬਰ ਵੀ ਜ਼ਿਆਦਾ ਹੈਗਾ, ਬਾਕੀ ਜਗ੍ਹਾ 'ਤੇ ਵੀ ਜਾ ਕੇ ਇਹ ਕੋਈ ਨਾ ਕੋਈ ਜਿਹੜੀ ਪੋਲੀਟੀਕਲ ਐਕਟੀਵਿਟੀਜ਼ ਨੇ ਜਾਂ ਇੰਟਰਪ੍ਰਨਿਓਰਸ਼ਿਪ ਦਾ ਜਿਹੜਾ ਕੰਮ ਹੈ ਉਹ ਜ਼ਿਆਦਾ ਕਰਦੇ ਨੇ, ਜਿਵੇਂ ਫੋਰ ਐਗਜ਼ਾਮਪਲ ਕਹੀਏ ਕਿ ਜਿਹੜੇ ਟਰੱਕ ਡਰਾਈਵਰਸ ਨੇ, ਟਰਾਂਸਪੋਰਟ ਦਾ ਬਿਜ਼ਨਸ ਆ ਉਹ ਜ਼ਿਆਦਾ ਪੰਜਾਬੀਆਂ ਕੋਲ ਆ, ਜਿਹੜਾ ਟ੍ਰੇਡ ਦਾ ਬਿਜ਼ਨਸ ਆ ਛੋਟੇ ਮੋਟੇ ਸ਼ੋਪਕੀਪਰ ਦਾ ਕੰਮ ਆ ਉਹ ਗੁਜਰਾਤੀਆਂ ਕੋਲ ਜ਼ਿਆਦਾ, ਤੋ ਇਸ ਕਿਸਮ ਦਾ ਵੀ ਜਿਹੜਾ ਡਿਫਰੈਂਸ ਕਮਿਊਨਿਟੀ ਟੂ ਕਮਿਊਨਿਟੀ ਹੁੰਦਾ ਉਹਦਾ ਕਾਰਨ ਕੀ ਹੈ? ਤੁਸੀਂ ਇਹਦੇ ਕੰਟਰੀ ਘੁੰਮੇ, ਮੈਂ ਤਾਂ ਇੱਕ ਸਵਾਲ, ਜਿਹੜਾ ਵਿਅਕਤੀ ਵੀ ਬਾਹਰ ਜਾਂਦਾ ਉਹ 6 ਚੀਜ਼ਾਂ ਆਪਣੇ ਨਾਲ ਲੈ ਕੇ ਜਾਂਦਾ, ਕਿਹੜੀਆਂ 6 ਚੀਜ਼ਾਂ ਨਾਲ ਲੈ ਕੇ ਜਾਂਦਾ? ਇੱਕ ਲੈਂਗੁਏਜ ਆਪਣੀ ਨਾਲ ਲੈ ਕੇ ਜਾਂਦਾ ਉਹ, ਇੱਕ ਆਪਣਾ ਡਰੈਸ ਲੈ ਕੇ ਜਾਂਦਾ ਨਾਲ ਉਹ, ਇੱਕ ਆਪਣਾ ਖਾਣ ਪੀਣ ਲੈ ਕੇ ਜਾਂਦਾ ਨਾਲ, ਆਪਣਾ ਰਿਲੀਜਨ ਲੈ ਕੇ ਜਾਂਦਾ ਨਾਲ ਉਹ, ਆਪਣਾ ਐਟੀਚਿਊਡ ਲੈ ਕੇ ਜਾਂਦਾ ਅਤੇ ਐਪਟੀਚਿਊਡ ਲੈ ਕੇ ਜਾਂਦਾ। ਤੋ ਇਹ ਜਿਹੜੀ 6 ਚੀਜ਼ਾਂ ਨੇ ਇਹਦੇ ਵਿੱਚ ਪੰਜਾਬੀ ਜਿਹੜੇ ਨੇ ਦੂਜਿਆਂ ਦੇ ਕੰਪੈਰੇਟਿਵਲੀ ਜ਼ਿਆਦਾ ਵਿਜੀਬਿਲਟੀ ਆਪਣੀ ਜਿਹੜੀ ਆ ਸ਼ੋਅ ਕਰਦੇ ਨੇ, ਨੰਬਰ ਘੱਟ ਹੋਣ ਦੇ ਬਾਵਜੂਦ ਉਹਨਾਂ ਦੀ ਨਜ਼ਰ ਜਿਹੜੇ ਨੇ ਉਹ ਜ਼ਿਆਦਾ। ਡਾਕਟਰ ਮਨਜੀਤ ਅੰਦਰ ਸਾਹਿਤ ਦੇ ਵਿੱਚ ਵੀ ਪੰਜਾਬੀ ਜ਼ਿਆਦਾ ਨਜ਼ਰ ਆਉਂਦੇ ਨੇ, ਜਿਵੇਂ ਡਾਕਟਰ ਮਨਜੀਤ ਨੇ ਕਿਹਾ ਜਦੋਂ ਇਹ ਇੰਨੇ ਐਗਰੈਸਿਵ ਨੇ, ਤਾਂ ਲਿਟਰੇਚਰ ਦੇ ਮਾਮਲੇ ਵਿੱਚ ਕੀ ਲੱਗਦਾ ਤੁਹਾਨੂੰ? ਦੇਖੋ ਇਸ ਤਰ੍ਹਾਂ ਹੈਗਾ ਕਿ ਪੰਜਾਬੀ ਜਿਹੜੇ ਡਾਇਸਪੋਰਾ ਹੈਗਾ, ਚਾਹੇ ਉਹ ਅਮੈਰੀਕਾ ਦੇ ਵਿੱਚ ਹੈ, ਚਾਹੇ ਉਹ ਕੈਨੇਡਾ ਦੇ ਵਿੱਚ ਹੈ, ਚਾਹੇ ਇੰਗਲੈਂਡ 'ਚ ਹੈ, ਚਾਹੇ ਆਸਟ੍ਰੇਲੀਆ 'ਚ ਹੈ ਜਾਂ ਹੋਰ ਜਗ੍ਹਾ 'ਤੇ ਹੈ, ਪਿਛਲੇ ਕੋਈ 40 ਸਾਲਾਂ ਦੇ ਵਿੱਚ ਲਿਟਰੇਚਰ ਦੀ ਬਹੁਤ ਜ਼ਿਆਦਾ ਪ੍ਰੋਡਕਸ਼ਨ ਹੋਈ ਹੈ, ਖਾਸ ਕਰਕੇ ਜਿਹੜੀ ਪੰਜਾਬੀ ਭਾਸ਼ਾ ਦੇ ਵਿੱਚ ਲਿਟਰੇਚਰ ਹੈ ਉਹ ਬਹੁਤ ਜ਼ਿਆਦਾ ਪ੍ਰੋਡਕਸ਼ਨ ਹੋਈ, ਚਾਹੇ ਉਹ ਸ਼ਾਇਰੀ ਹੈ, ਚਾਹੇ ਉਹ ਨੋਵਲ ਹੈ, ਚਾਹੇ ਉਹ ਸ਼ਾਰਟ ਸਟੋਰੀ ਹੈ, ਡਰਾਮਾ। ਇੰਨਾ ਜ਼ਿਆਦਾ ਕਿਹੜੇ ਕੰਟਰੀ 'ਚ ਹੋਈ? ਜ਼ਿਆਦਾ ਇਹ ਹੋਈ ਹੈ ਕੈਨੇਡਾ ਅਤੇ ਇੰਗਲੈਂਡ ਦੇ ਵਿੱਚ ਜ਼ਿਆਦਾ ਹੋਈ ਹੈ, ਪਰ ਕੁਛ ਪੰਜਾਬੀ ਐਸੇ ਵੀ ਹਨ ਜਿਵੇਂ ਅਜਮੇਰ ਰੋਡੇ ਅਤੇ ਹੋਰ ਨੇ ਜਿਨ੍ਹਾਂ ਨੇ ਆਪਣੀ ਸਾਹਿਤਕ ਰਚਨਾਵਾਂ ਜਿਹੜੀਆਂ ਅੰਗਰੇਜ਼ੀ 'ਚ ਵੀ ਸਿੱਧੀਆਂ ਕੀਤੀਆਂ ਹੈਗੀਆਂ। ਜੀ ਨਹੀਂ, ਪਰ ਇਹ ਲੱਗਦਾ ਥੋੜ੍ਹੀ ਗੱਲ ਤੋਂ ਤਾਂ ਇਹ ਸਪਸ਼ਟ ਹੈ ਨਾ ਵੀ ਜਿੱਥੇ ਸਥਾਪਿਤ ਹੋ ਗਏ ਉੱਥੇ ਸਾਹਿਤ ਜਿਹੜਾ ਹੈ ਰਚਿਆ ਇਹਨਾਂ ਨੇ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਉਹ ਜਿੰਨਾ ਵੀ ਸਾਹਿਤ ਉਹਨਾਂ ਨੇ ਰਚਿਆ ਹੈ ਉਹਦਾ ਕੋਈ 70% ਜਾਂ 80% ਤੋਂ ਜ਼ਿਆਦਾ ਉਹਦਾ ਸਿੱਧਾ ਵਾਸਤਾ ਪੰਜਾਬ ਨਾਲ ਹੈ। ਜੀ ਕੀ ਕੀ ਇਸ਼ੂ ਲੈਂਦੇ ਨੇ ਜ਼ਿਆਦਾ ਉਹ? ਉਹ ਜਿਵੇਂ ਤੁਸੀਂ ਕਿਹਾ ਕਿ ਆਪਣੀ ਧਰਤੀ ਨਾਲ ਮੋਹ ਹੈ ਜਾਂ ਉਹਨਾਂ ਦਾ ਨੋਸਟੈਲਜੀਆ ਹੈ ਜਾਂ ਉਹ ਯਾਦ ਕਰਦੇ ਨੇ ਸਾਰੀਆਂ ਚੀਜ਼ਾਂ ਨੂੰ, ਪਿੰਡਾਂ ਨੂੰ ਯਾਦ ਕਰਦੇ ਨੇ, ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ। ਪੁਰਾਣੀ ਪੀੜ੍ਹੀ ਹੇਰਵਾ ਹੈ, ਦੂਜੀ ਪੀੜ੍ਹੀ 'ਚ ਤਾਂ ਮੇਰਾ ਖਿਆਲ ਨਹੀਂ ਹੋਣਾ। ਦੂਜੀ ਪੀੜ੍ਹੀ 'ਚ ਬਹੁਤ ਘੱਟ ਹੈ ਜੀ, ਬਹੁਤ ਘੱਟ ਹੈ। ਵੈਸੇ ਉਹ ਜਿਹੜੇ ਪੁਰਾਣੀ ਜਨਰੇਸ਼ਨ ਹੈ ਉਹ ਕੋਸ਼ਿਸ਼ ਕਰਦੀ ਹੈ ਕਿ ਇਹਨਾਂ ਨੂੰ ਇੱਥੇ ਲਿਆਇਆ ਜਾਵੇ, ਪਰ ਉਹ ਬਹੁਤ ਮੁਸ਼ਕਲ ਨਾਲ ਆਉਂਦੇ ਨੇ, ਜੇ ਆਉਂਦੇ ਵੀ ਨੇ ਤਾਂ ਬਹੁਤ ਜਲਦੀ ਇੱਥੋਂ ਜਾਣਾ ਚਾਹੁੰਦੇ। ਜੀ ਪਹਿਲੇ ਦੱਸੋ, ਅਸੀਂ ਇਹ ਜ਼ਰੂਰ ਜਾਣਨਾ ਚਾਹਾਂਗੇ, ਡਾਕਟਰ ਮਨਜੀਤ ਤੋਂ ਵੀ ਪੁੱਛਾਂਗੇ ਆਪਾਂ ਇਹ, ਕਿ ਇਹ ਜਿਹੜੇ ਲੋਕ ਨੇ ਜਿਵੇਂ ਸਾਹਿਤ ਦੇ ਵਿੱਚ ਇੱਕ ਹੇਰਵਾ ਨਜ਼ਰ ਆਉਂਦਾ ਹੈ ਜਿਵੇਂ ਡਾਕਟਰ ਮਨਜੀਤ ਅੰਦਰ ਉਹਨਾਂ ਨੇ ਕਿਹਾ, ਲੇਕਿਨ ਹੋਰ ਜਿਹੜੇ ਫੈਕਟਰ ਨੇ, ਹੋਰ ਜਿਹੜੇ ਖੇਤਰ ਨੇ, ਉਹਨਾਂ 'ਚ ਕੀ ਕਰਦੇ ਨੇ ਪੰਜਾਬੀ, ਇਹ ਗੱਲ ਆਪਾਂ ਕਰਨੀ ਹੈ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਡਾਕਟਰ ਮਨਜੀਤ, ਤੁਸੀਂ ਕੀ ਦੇਖਿਆ ਕਿ ਜਿਹੜੀ ਪਹਿਲੀ ਜਨਰੇਸ਼ਨ ਹੈ ਜਿਹੜੀ ਇੰਡੀਆ 'ਚ ਪੈਦਾ ਹੋਈ ਅਤੇ ਦੂਜੀ ਜਨਰੇਸ਼ਨ ਜਿਹੜੀ ਉੱਥੇ ਪੈਦਾ ਹੋਈ, ਇਹ ਦੋਨਾਂ 'ਚ ਕਿਸ ਨਜ਼ਰੀਏ ਤੋਂ ਤੁਸੀਂ ਫਰਕ ਜ਼ਿਆਦਾ ਦੇਖ ਰਹੇ ਹੋ? ਕੀ ਭਾਸ਼ਾ ਦੇ ਜਾਂ ਰਿਲੀਜਨ ਦੇ ਕਿਸ ਤਰ੍ਹਾਂ ਦਾ ਫਰਕ ਹੈ? ਨਹੀਂ, ਭਾਸ਼ਾ ਦੇ ਲੈਵਲ 'ਤੇ ਤਾਂ ਫਰਕ ਆਇਆ, ਕਿਉਂਕਿ ਜਿਹੜੇ ਇੰਡੀਆ 'ਚੋਂ ਜਾਂ ਪੰਜਾਬੀ ਦੀ ਆਪਾਂ ਗੱਲ ਕਰੀਏ, ਇੰਡੀਆ ਦੀ ਨਾਮ ਵੀ ਕਰੀਏ, ਜਿਹੜੇ ਪੰਜਾਬ ਤੋਂ ਗਏ ਜਿਹੜੀ ਬਾਹਰ ਗਏ ਨੇ, ਤਾਂ ਉਹਨਾਂ ਨੇ ਜਿਹੜੇ ਤਾਂ ਇੰਗਲਿਸ਼ ਸਪੀਕਿੰਗ ਕੰਟਰੀ 'ਚ ਗਏ ਨੇ, ਉੱਥੇ ਤਾਂ ਸਿਰਫ ਦੋ ਭਾਸ਼ਾਵਾਂ ਉਹਨਾਂ ਨੇ ਪੰਜਾਬੀ ਸਿੱਖਣੀ ਸੀ ਅਤੇ ਇੰਗਲਿਸ਼ ਸਿੱਖਣੀ ਸੀ। ਜਿਹੜੇ ਨੋਨ ਸਪੀਕਿੰਗ ਇੰਗਲਿਸ਼ ਕੰਟਰੀ 'ਚ ਗਏ ਨੇ ਲੋਕ, ਬਹੁਤ ਵੱਡੀ ਤਾਦਾਦ ਜਿਹੜੀ ਗਈ ਆ, ਫੋਰ ਐਗਜ਼ਾਮਪਲ ਉਹ ਜਿਵੇਂ ਅੱਜ ਕੱਲ੍ਹ ਅਫਰੀਕਨ ਕੰਟਰੀ 'ਚ ਚਲੇ ਗਏ, ਓਕੇ, ਜਾਂ ਜਿਹੜੇ ਯੂਰੋਪੀਅਨ ਜਰਮਨ ਚਲੇ ਗਏ, ਉੱਥੇ ਜਰਮਨ ਫਿਨਲੈਂਡ ਚਲੇ ਗਏ ਜਾਂ ਸਵੀਡਨ ਚਲੇ ਗਏ, ਇਟਲੀ ਚਲੇ ਗਏ ਜਾਂ ਇਟਲੀ ਚਲੇ ਗਏ ਜਾਂ ਸਪੇਨ ਚਲੇ ਗਏ, ਇਸ ਕਿਸਮ ਦੇ, ਜਾਂ ਫਰਜ ਕਰੋ ਮਲੇਸ਼ੀਆ ਚਲੇ ਗਏ, ਇੰਡੋਨੇਸ਼ੀਆ ਚਲੇ ਗਏ, ਇਸ ਕਿਸਮ ਦੇ ਜਿਹੜੇ ਨੇ, ਤਾਂ ਉਹਨਾਂ ਨੂੰ ਦੋ ਲੈਂਗੁਏਜ ਕਿਤੇ ਵਿੱਚ, ਦੋ ਲੈਂਗੁਏਜ ਤੋਂ ਇਲਾਵਾ ਉਹਨਾਂ ਨੂੰ ਤਿੰਨ ਲੈਂਗੁਏਜ ਦਾ ਜਿਹੜਾ ਸੀਗਾ ਉਹ ਸਿੱਖਣਾ ਪਿਆ। ਇੱਕ ਤਾਂ ਆਪਣੀ ਜਿਹੜੀ ਮਦਰ ਟੰਗ ਆ ਜਿਹੜੀ ਉਹਨੂੰ ਆਪਾਂ ਕਹਿੰਦੇ ਮਦਰ ਟੰਗ, ਹਾਲਾਂਕਿ ਸੈਕਿੰਡ ਥਰਡ ਜਨਰੇਸ਼ਨ ਨੂੰ ਓਨ ਨਹੀਂ ਕਰ ਰਹੀ ਕਿ ਮੈਂ ਐਗਜ਼ਾਮਪਲ ਉੱਥੇ ਦੇਖੀਆਂ ਨੇ, ਫਸਟ ਜਨਰੇਸ਼ਨ ਤਾਂ ਕਰਦੀ ਹੈ, ਉਹ ਸਮਝਦੇ ਵੀ ਨਹੀਂ ਉਹ ਪੰਜਾਬੀ, ਸਮਝਦੇ ਵੀ ਨਹੀਂ ਗਏ ਉਹ। ਅਤੇ ਉਹ ਜਿਹੜੀ ਹੈ, ਮਤਲਬ ਐਗਜ਼ਾਮਪਲ ਹੈ ਕਿ ਉਹਨਾਂ ਦੋ ਲੈਂਗੁਏਜ ਸਿੱਖੀਆਂ, ਆਪਣੀ ਪੰਜਾਬੀ ਸਿੱਖੀ ਅਤੇ ਇੰਗਲਿਸ਼ ਸਿੱਖੀ। ਇੰਗਲਿਸ਼ ਜਦੋਂ ਨੋਨ ਸਪੀਕਿੰਗ ਇੰਗਲਿਸ਼ ਗਿਆ, ਜਦੋਂ ਮੈਂ ਮਲੇਸ਼ੀਆ ਅਤੇ ਇਹਨਾਂ ਅਫਰੀਕਨ ਕੰਟਰੀ ਦੀ ਆਪਾਂ ਗੱਲ ਕਰਦੇ, ਯੂਰੋਪੀਅਨ ਕੰਟਰੀ ਦੀ ਆਪਾਂ ਗੱਲ ਕਰਦੇ, ਇੰਗਲੈਂਡ ਨੂੰ ਛੱਡ ਕੇ ਜਿਹੜਾ, ਤਾਂ ਉਹਨਾਂ ਨੂੰ ਤਿੰਨ ਭਾਸ਼ਾਵਾਂ ਸਿੱਖਣੀਆਂ ਪੈਂਦੀਆਂ ਨੇ। ਇੱਕ ਤਾਂ ਪੰਜਾਬੀ ਸਿੱਖਣੀ ਪੈਂਦੀ ਆ, ਇੱਕ ਇੰਗਲਿਸ਼ ਰਹਿੰਦੀ ਆ, ਇੱਕ ਲੋਕਲ ਲੈਂਗੁਏਜ ਹੈ ਜਿਹੜੀ। ਜੇ ਕੋਈ ਜਰਮਨ 'ਚ ਆ ਤਾਂ ਉਹਨੂੰ ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਦੇ ਥੋੜ੍ਹਾ ਬਹੁਤਾ ਜਿਸ ਕਿਸਮ ਦਾ ਵੀ ਨੌਲੇਜ ਉਹਨੂੰ ਹੋਣਾ ਚਾਹੀਦਾ, ਨਾਲ ਜਰਮਨ ਵੀ ਸਿੱਖਣੀ ਪੈਂਦੀ ਹੈ। ਜੇ ਕੋਈ ਮਲੇਸ਼ੀਅਨ ਚਲਾ ਗਿਆ ਤਾਂ ਉਹਨੂੰ ਮਲੇਸ਼ੀਅਨ ਜੋ ਵੀ ਲੋਕਲ ਭਾਸ਼ਾ ਉਹ ਵੀ ਸਿੱਖਣੀ ਪੈਂਦੀ, ਨਾਲ ਪੰਜਾਬੀ। ਰਿਲੀਜਨ ਦੇ ਨਜ਼ਰੀਏ ਤੋਂ ਕੀ? ਮੈਂ ਇਸ ਕਰਨਾ ਇਸ ਕਰਕੇ, ਲੇਕਿਨ ਉਹ ਜਿਹੜੇ ਬਹੁਤੇ ਬੱਚੇ ਸੈਕਿੰਡ ਜਾਂ ਥਰਡ ਜਨਰੇਸ਼ਨ ਆਉਂਦੀ ਆ, ਉਹ ਤਿੰਨ ਲੈਂਗੁਏਜ ਦਾ ਜਿਹੜਾ ਬੋਝ ਨਹੀਂ ਚੱਲਦੇ, ਉਹ ਜ਼ਿਆਦਾਤਰ ਇੰਗਲਿਸ਼
ਜਾਂ ਲੋਕਲ ਲੈਂਗੁਏਜ ਜਿਹੜੀ ਨੇ ਉਹ ਸਿੱਖਦੇ ਨੇ। ਫੋਰ ਐਗਜ਼ਾਮਪਲ ਮੈਂ ਬਰਗਨ ਦੀ ਗੱਲ ਕਰਦਾ, ਨੋਰਵੇ ਦੀ ਇੱਕ ਗੱਲ ਕਰਦਾ। ਨੋਰਵੇ 'ਚ ਕਿਸ ਤਰ੍ਹਾਂ ਘੁੰਮਦਿਆਂ ਫਿਰਦਿਆਂ ਇੱਕ ਜੈਂਟਲਮੈਨ ਮਿਲੇ, ਉਹਨਾਂ ਨੂੰ ਇੰਟਰੋਡਿਊਸ ਕਰਾਇਆ, ਤਾਂ ਉਹੀ ਸੈਡ ਕਿ ਬਸ ਸਮ ਸੰਧੂ, ਤਾਂ ਉਹ ਕਹਿੰਦਾ ਜੀ ਮੈਨੂੰ ਨਾ ਤਾਂ ਪੰਜਾਬੀ ਆਉਂਦੀ ਹੈ ਨਾ ਮੈਂ ਪੰਜਾਬੀ ਸਮਝ ਸਕਦਾ, ਕਿਉਂਕਿ ਕਹਿੰਦਾ ਮੇਰੀ ਤੀਜੀ ਪੀੜ੍ਹੀ ਹੈ ਇੱਥੇ, ਸਿੱਖ ਹੈ, ਉਂਝ ਸਿੱਖ ਆ ਉਹ, ਤੇ ਘਰ 'ਚ ਬੋਲੀ ਨਹੀਂ ਗਿਆ, ਉਂਝ ਘਰ 'ਚ ਬੋਲੀ ਨਹੀਂ ਕਦੇ ਵੀ। ਅੱਛਾ, ਮਤਲਬ ਘਰ 'ਚ ਬਹੁਤ ਸਾਰੇ ਕੰਟਰੀ ਜਿਨ੍ਹਾਂ 'ਚ ਘਰ 'ਚ ਵੀ ਨਹੀਂ ਬੋਲੀ ਜਾਂਦੀ। ਇਸੇ ਤਰ੍ਹਾਂ ਮੈਂ ਕਈ ਹੋਰ ਦੇਖਿਆ ਜਗ੍ਹਾ 'ਤੇ ਗਿਆ ਜਿਨ੍ਹਾਂ ਦੇ ਘਰਾਂ 'ਚ ਉਹਨਾਂ ਦੇ ਵਾਈਫ ਜਾਂ ਬੱਚੇ ਜਿਹੜੇ ਨੇ ਉਹ ਲੋਕਲ ਭਾਸ਼ਾ ਤਾਂ ਬੋਲਦੇ ਨੇ, ਨਾ ਉਹ ਪੰਜਾਬੀ ਬੋਲਦੇ ਨਾ ਇੰਗਲਿਸ਼ ਬੋਲਦੇ ਨੇ। ਜਿਵੇਂ ਨੋਰਵੇ ਦੀ ਗੱਲ ਕਰੀਏ, ਨੋਰਵੇਜੀਅਨ ਬੋਲਦੇ ਨੇ, ਨਵੀਂ ਆਪਾਂ ਜੇ ਗੱਲ ਕਰੀਏ ਵੀ ਟੁੱਟ ਰਹੇ ਨੇ। ਹਾਂ, ਨਵੀਂ ਜਿਹੜੀ ਜਨਰੇਸ਼ਨ ਹੈ ਉਹ ਟੁੱਟ ਰਹੀ ਹੈ ਦੋਨਾਂ ਚੀਜ਼ਾਂ ਤੋਂ, ਦੋਨਾਂ ਚੀਜ਼ਾਂ ਧਰਮ ਤੋਂ ਵੀ ਤੇ ਉਹ ਤੋਂ ਉਸ ਤੋਂ ਵੀ। ਡਾਕਟਰ ਮਨਜੀਤ ਅੰਦਰ ਧਰਮ 'ਤੇ ਤਾਂ ਟੁੱਟ ਰਹੀ ਹੈ, ਅਤੇ ਕੀ ਸਾਹਿਤ ਤੋਂ ਵੀ ਟੁੱਟ ਰਹੀ ਹੈ, ਜਾਂ ਇਸ ਤਰ੍ਹਾਂ ਦਾ ਵੀ ਫਰਕ, ਕੋਈ ਹੋਰ ਫਰਕ ਨਜ਼ਰ ਆਉਂਦਾ ਤੁਹਾਨੂੰ ਦੋਨਾਂ 'ਚ? ਮੇਰੇ ਹਿਸਾਬ ਨਾਲ ਬਹੁਤ ਵੱਡਾ ਫਰਕ ਹੈਗਾ। ਅਸੀਂ ਜਦੋਂ ਮੈਂ ਡਾਇਸਪੋਰਾ ਸੈਂਟਰ 'ਚ ਸੀ ਤਾਂ ਅਸੀਂ ਇਹਦੇ 'ਤੇ ਬਹੁਤ ਰਿਸਰਚ ਕੀਤੀ ਜੀ, ਕਾਨਫਰੰਸਿਸ ਵੀ ਕਰਾਈਆਂ ਜੀ। ਉਹਦੇ 'ਚ ਜਿਹੜਾ ਬੇਸਿਕ ਫਰਕ ਇਹ ਹੈ ਕਿ ਜਿਹੜੀ ਪਹਿਲੀ ਜਨਰੇਸ਼ਨਸ ਦੋ ਤਿੰਨ ਸੀਗੀਆਂ, ਚਾਹੇ ਉਹ ਕੈਨੇਡਾ ਗਈਆਂ, ਚਾਹੇ ਉਹ ਅਮੈਰੀਕਾ ਗਈਆਂ, ਚਾਹੇ ਉਹ ਇੰਗਲੈਂਡ ਗਈਆਂ ਜੀ, ਉਹ ਇੱਕ ਤਾਂ ਜਾਂ ਤਾਂ ਉਹ ਕਿਸਾਨੀ 'ਚੋਂ ਗਏ ਸੀ, ਜਾਂ ਇੱਕ ਲੇਬਰ ਕਲਾਸ ਸੀਗੇ, ਜਾਂ ਜਿਨ੍ਹਾਂ ਨੂੰ ਅਸੀਂ ਪੈਡਲਰਸ ਕਹਿੰਦੇ ਹਾਂ ਉਹ ਸੀਗੇ। ਤੋ ਨੈਚੁਰਲੀ ਉਹਨਾਂ ਲੋਕਾਂ ਦੀ ਜਿਹੜੀ ਐਜੂਕੇਸ਼ਨ ਸੀਗੀ ਉਹ ਹੈ ਨਹੀਂ ਸੀ, ਇਸ ਲਈ ਉਹ ਗਏ ਅਤੇ ਉੱਥੇ ਜਾ ਕੇ ਵੱਸ ਗਏ, ਪਰ ਉਹਨਾਂ ਦਾ ਜਿਹੜਾ ਪੰਜਾਬ ਨਾਲ ਮੋਹ ਸੀਗਾ ਉਹ ਬਹੁਤ ਜ਼ਿਆਦਾ ਸੀ। ਪਰ 1980 ਮਤਲਬ 80s ਦੇ ਬਾਅਦ ਜਦੋਂ ਵਿਸ਼ਵੀਕਰਨ ਹੋਇਆ, ਜਦੋਂ ਗਲੋਬਲਾਈਜੇਸ਼ਨ ਹੋਈ ਹੈ ਅਤੇ ਪ੍ਰੋਫੈਸ਼ਨਲਿਜ਼ਮ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ, ਸੋ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਡਾਇਸਪੋਰਾ ਜਾਣ ਦੀਆਂ ਰਿਕੁਆਇਰਮੈਂਟਸ ਵੀ ਹੈ ਉਹ ਵੀ ਅਲੱਗ ਹੋ ਗਈਆਂ ਬਿਲਕੁਲ, ਕਿਉਂਕਿ ਜਿਹੜੀ ਪ੍ਰੋਫੈਸ਼ਨਲ ਕਲਾਸ ਹੈ, ਚਾਹੇ ਉਹ ਕੰਪਿਊਟਰਸ ਹੈ, ਚਾਹੇ ਉਹ ਡਾਕਟਰ ਨੇ, ਚਾਹੇ ਇੰਜੀਨੀਅਰ ਨੇ, ਚਾਹੇ ਕੋਈ ਵੀ ਨੇ, ਮਤਲਬ ਜਿਹੜੀ ਵੈਸਟ ਦੀ ਹੁਣ ਰਿਕੁਆਇਰਮੈਂਟ ਹੈ ਉਹ ਇਹ ਹੈ ਕਿ ਜਦੋਂ ਤੱਕ ਤੁਸੀਂ ਸਕਿਲਡ ਨਹੀਂ ਹੋ ਉਦੋਂ ਤੱਕ ਤੁਹਾਡੀ ਐਂਟਰੀ ਉੱਥੇ ਬਹੁਤ ਮੁਸ਼ਕਲ ਹੈ। ਹੁਣ ਜਿਹੜੀ ਅਨਪੜ੍ਹਾਂ ਦਾ ਉੱਥੇ ਨਹੀਂ ਹੈ, ਹੁਣ ਤੱਕ ਆਸਟ੍ਰੇਲੀਆ ਵੀ ਅਨਪੜ੍ਹਾਂ ਨੂੰ ਤਾਂ ਅੰਗਰੇਜ਼ੀ ਵੀ ਜ਼ਰੂਰੀ ਕਰਦੀ ਹੈ। ਇਸ ਲਈ ਮੇਰੀ ਲਾਸਟ ਗੱਲ ਇਹ ਹੈ ਕਿ ਇਸ ਲਈ ਹੁਣ ਪੰਜਾਬੀਆਂ ਦੀ ਸਮੱਸਿਆ ਇਹ ਵੀ ਹੋ ਗਈ ਹੈ ਕਿ ਉਹ ਜਿੱਥੇ ਵੀ ਜਾਂਦੇ ਨੇ ਉਹਨਾਂ ਦੀਆਂ ਵੈਲਿਊਜ਼, ਉਹਨਾਂ ਦਾ ਜਿਹੜਾ ਡਿਸਿਪਲਿਨ ਹੈ, ਉਹਨਾਂ ਦੀ ਟ੍ਰੈਡੀਸ਼ਨ ਹੈ, ਉਹਨਾਂ ਦਾ ਜਿਹੜਾ ਰਹਿਣ ਸਹਿਣ ਹੈ, ਜਾਂ ਉਹਨਾਂ ਦਾ ਜਿਹੜਾ ਕਾਰਗੁਜ਼ਾਰੀ ਹੈ ਸਾਰੀ, ਉੱਥੇ ਉਹਨਾਂ ਨੂੰ ਐਡਜਸਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ, ਕਿਉਂਕਿ ਇਟ ਇਜ਼ ਅ ਕੁਐਸਚਨ ਆਫ ਸਰਵਾਈਵਲ, ਸਰਵਾਈਵਲ ਦਾ ਕੁਐਸਚਨ ਹੈ। ਪਹਿਲੀ ਤਰ੍ਹਾਂ ਨਹੀਂ ਹੈ ਕਿ ਜਿਸ ਤਰ੍ਹਾਂ ਉਹ ਵੱਡੀਆਂ ਫਾਰਮਸ ਉੱਥੇ ਲੈ ਲਈਆਂ ਸੀਗੀਆਂ ਜਾਂ ਛੋਟੀਆਂ ਮੋਟੀਆਂ ਫੈਕਟਰੀਜ਼ ਚਲਾ ਰਹੇ ਸੀਗੇ, ਹੁਣ ਉੱਥੇ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ ਕੰਪੀਟੀਸ਼ਨ ਹੋ ਗਿਆ। ਇਸ ਲਈ ਹੁਣ ਜਿਹੜੀਆਂ ਨਵੀਆਂ ਜਨਰੇਸ਼ਨਸ ਨੇ ਉਹ ਥੋੜ੍ਹਾ ਜਿਹਾ ਪੰਜਾਬ ਤੋਂ ਇਸ ਲਈ ਵੀ ਟੁੱਟਦੀਆਂ ਜਾ ਰਹੀਆਂ ਨੇ ਕਿਉਂਕਿ ਉੱਥੇ ਰਹਿਣ ਦੀਆਂ ਕੰਪਲਸ਼ਨਸ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਹੋ ਗਈ। ਜੀ, ਡਾਕਟਰ ਕੇ ਸਿੰਘ, ਤੁਸੀਂ ਆਸਟ੍ਰੇਲੀਆ ਵੀ ਜਾਂਦੇ ਰਹਿੰਦੇ ਹੋ, ਤੁਹਾਡਾ ਬੇਟਾ ਉੱਥੇ ਹੈ, ਕੈਨੇਡਾ ਵੀ, ਅਮਰੀਕਾ ਵੀ, ਕੋਈ ਫਰਕ ਨਜ਼ਰ ਆਉਂਦਾ ਦੋਨਾਂ ਸਾਡੇ ਡਾਇਸਪੋਰਾ ਦਾ, ਦੋਨਾਂ ਦਾ ਉੱਥੋਂ ਦਾ? ਜਿਸ ਤਰ੍ਹਾਂ ਇਹ ਡਾਕਟਰ ਸਾਹਿਬ ਕਹਿ ਰਹੇ ਸੀਗੇ ਕਿ ਇਹ ਪਹਿਲੀ ਜਨਰੇਸ਼ਨ ਦੀਆਂ ਜਿਹੜੀਆਂ ਤੁਸੀਂ ਮੋਹ ਦੀਆਂ ਤੰਦਾਂ ਕਹਿੰਦੇ ਹੋ ਉਹ ਮਜ਼ਬੂਤ ਹੁੰਦੀਆਂ ਨੇ, ਬੜੀ ਕੁਦਰਤੀ ਗੱਲ ਹੈ ਜੀ। ਜਿਹੜੀ ਦੂਸਰੀ ਜਨਰੇਸ਼ਨ ਆਉਂਦੀ ਹੈ ਜਿਹਨਾਂ ਨੂੰ ਅਸੀਂ ਆਪਾਂ ਬਾਰਨ ਐਂਡ ਬਰਾਟ ਅਪ ਕਹਿੰਦੇ, ਉਹਨਾਂ ਨੂੰ ਉਹਨਾਂ ਦਾ ਦ੍ਰਿਸ਼ਟੀਕੋਣ 'ਚ ਬੜਾ ਫਰਕ ਆ ਜਾਂਦਾ, ਉਹਨਾਂ 'ਤੇ ਲੋਕਲ ਕਲਚਰ ਦਾ ਪ੍ਰਭਾਵ ਜ਼ਿਆਦਾ ਹੋ ਜਾਂਦਾ। ਕੁਛ ਥਾਵਾਂ 'ਤੇ ਜਿਹੜੇ ਪਰਿਵਾਰ ਸਜੱਗ ਹਨ ਉਹ ਯਤਨ ਕਰਦੇ ਹੈ, ਉਹ ਪਰਿਵਾਰ ਘਰਾਂ ਦੇ ਵਿੱਚ ਪੰਜਾਬੀ, ਸੁਭਾਵਿਕ ਨਹੀਂ ਹੈ, ਜਿਨ੍ਹਾਂ ਨੂੰ ਧਰਮ ਨਾਲ ਮੋਹ ਹੈ, ਧਰਮ ਨਾਲ ਨੇੜਤਾ ਰੱਖੀ, ਉਹਨਾਂ ਨੇ ਸਿੱਖੀ ਸਰੂਪ ਕਾਇਮ ਰੱਖਿਆ ਹੋਇਆ, ਪੰਜਾਬੀ ਰੱਖੀ ਹੋਈ ਹੈ, ਉਹ ਆਪਣੇ ਘਰਾਂ ਵਿੱਚ ਪੰਜਾਬੀ, ਆਸਟ੍ਰੇਲੀਆ ਵਿੱਚ ਵੀ ਹੈ, ਕੈਨੇਡਾ 'ਚ ਵੀ ਹੈ, ਇੰਗਲੈਂਡ 'ਚ ਵੀ ਹੈ, ਅਮਰੀਕਾ 'ਚ ਵੀ ਹੈ। ਇਹੋ ਜਿਹੇ ਪਰਿਵਾਰ ਜਿਹੜੇ ਜਿੰਨੇ ਕੁ ਪਰਸੈਂਟ ਅੰਮ੍ਰਿਤਧਾਰੀ ਤੁਹਾਨੂੰ ਹਿੰਦੁਸਤਾਨ ਪੰਜਾਬ 'ਚ ਮਿਲਣਗੇ, ਇੰਨੇ ਕੁ ਪਰਸੈਂਟ ਤੁਹਾਨੂੰ ਕੈਨੇਡਾ 'ਚ ਮਿਲ ਜਾਣਗੇ। ਜੇ ਮੈਂ ਤੋਂ ਇੱਕ ਸਿਆਸੀ ਗੱਲ ਪੁੱਛਾਂ ਕਿ ਜ਼ਿਆਦਾ ਖਾਲਿਸਤਾਨ ਦੀ ਗੱਲ ਉੱਥੇ ਕਿਉਂ ਹੁੰਦੀ ਹੈ, ਉਹਨਾਂ ਨੂੰ ਆਗਿਆ ਆਜ਼ਾਦੀ ਹੈ ਤਾਂ ਕਰਕੇ? ਇੱਕ ਇਹ ਬਿਲਕੁਲ ਦੋ ਗੱਲਾਂ ਜੀ, ਇੱਕ ਤਾਂ ਇਹ ਹੈਗੀ ਕਿ ਉੱਥੇ ਆਜ਼ਾਦੀ ਹੈ ਬੋਲਣ ਦੀ, ਦੂਸਰੀ ਗੱਲ ਇਹ ਹੈ ਕਿ ਉੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਰਿਹਾ, ਅਤੇ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਕਿਉਂ ਨਹੀਂ ਇੱਥੇ ਕਿਉਂ ਨਹੀਂ ਮਿਲਦੀ ਆਜ਼ਾਦੀ। ਇਹਨੂੰ ਤੁਸੀਂ ਮੋਹ ਕਹਿੰਦੇ ਹੋ, ਮਤਲਬ ਆਪਣੀ ਧਰਤੀ ਨਾਲ, ਆਪਣੀ ਬਿਲਕੁਲ ਆਪਣੀ ਧਰਤੀ ਨਾਲ, ਆਪਣੇ ਕਲਚਰ ਨਾਲ, ਆਪਣੇ ਹੈਰੀਟੇਜ ਨਾਲ ਮੋਹ 'ਚੋਂ ਇਹ ਗੱਲਾਂ ਨਿਕਲੀਆਂ ਹੋਈਆਂ ਕਿ ਯਾਰ ਇੱਥੇ ਦੇ ਲੋਕ ਆਜ਼ਾਦ ਹੈ, ਆਪੋ ਆਪਣੀ, ਮਤਲਬ ਰੈਫਰੈਂਡਮ ਜੇ ਉਹਨਾਂ ਨੂੰ ਆ ਗਿਆ ਤਾਂ ਸਾਨੂੰ ਕਿਉਂ ਨਾ ਹੋਵੇ। ਉਹ ਇਸ ਤਰ੍ਹਾਂ ਦੀ ਜਿਹੜੀ ਰੀਝ ਹੈ, ਇੱਕ ਤਾਂ ਆਜ਼ਾਦੀ ਹੈ ਔਰ ਇਸ ਤਰ੍ਹਾਂ ਦੀ ਰੀਝ, ਦੂਸਰੀ ਇੱਕ ਗੱਲ ਵਾਲੀਆ ਸਾਹਿਬ, ਤੁਸੀਂ ਦੇਖੋਗੇ ਕਿ ਇੱਥੋਂ ਦਾ ਪੰਜਾਬ ਦਾ ਜਿਹੜਾ ਸਿੱਖ ਹੈ ਜੀ, ਉਹ ਸਮੇਂ ਦੇ ਨਾਲ ਕਾਫੀ ਵਿਕਾਸ ਕਰ ਚੁੱਕਿਆ, ਉਹਨੇ ਲਰਨ ਕਰ ਰਹੇ ਲੈਸਨ,
ਉੱਥੋਂ ਦੀ ਜਿਹੜੀ ਮਾਨਸਿਕਤਾ ਹੈ, ਜਿਹੜੇ ਲੋਕ ਪਹਿਲਾਂ ਦੇ ਗਏ ਹੋਏ ਆ, ਉਹਨਾਂ ਦੀ ਮਾਨਸਿਕਤਾ ਵਿੱਚ ਅਜੇ ਵੀ ਉਹ ਗੱਲ ਅੜੀ ਹੋਈ ਹੈ। ਯਾਨੀ ਕਿ ਪੰਜਾਬ ਦੀ ਮਾਨਸਿਕਤਾ ਬਹੁਤ ਚੇਂਜ ਹੋ ਚੁੱਕੀ ਹੈ, ਉੱਥੋਂ ਦੀ ਮਾਨਸਿਕਤਾ ਦੇ ਵਿੱਚ ਅਜੇ ਵੀ ਉਹ ਲਗਾਓ ਔਰ ਮੋਹ ਜਿਹੜਾ ਹੈ ਨਾ ਹੈਰੀਟੇਜ ਨਾਲ, ਆਪਣੀ ਸ਼ਾਨ ਨਾਲ, ਇਤਿਹਾਸਿਕ ਸ਼ਾਨ ਨਾਲ, ਉਹ ਅਜੇ ਵੀ ਕਾਇਮ ਹੈ। ਔਰ ਉਹਦੇ ਕਾਰਨ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਗੱਲ ਕੀਤੀ, ਇੱਕ ਤਾਂ ਬੋਲਣ ਚਾਲਣ ਦੀ ਆਜ਼ਾਦੀ ਹੈ, ਤੇ ਦੂਸਰੀ ਗੱਲ ਇੱਕ ਇੱਛਾ ਕਿ ਇਹ ਆਜ਼ਾਦ ਹੈ, ਇਹਨਾਂ ਨੂੰ ਆਜ਼ਾਦੀ ਹੈ, ਸਾਨੂੰ ਕਿਉਂ ਨਹੀਂ। ਜਿਵੇਂ ਗਦਰ ਦੇ ਟਾਈਮ ਸੀ, ਪਹਿਲਾਂ ਵੀ ਸੀ ਉਹੀ ਗੱਲ। ਡਾਕਟਰ ਮਨਜੀਤ, ਇੱਕ ਗੱਲ ਹਾਲੇ ਵੀ ਸਮਝ ਨਹੀਂ ਆ ਰਹੀ ਕਿ ਤੁਸੀਂ ਕਿਹਾ ਕਿ ਜਿਹੜੀ ਉੱਥੋਂ ਦੀ ਜਨਰੇਸ਼ਨ ਹੈ ਉਹ ਉਹਨਾਂ ਮੋਹ ਨਹੀਂ ਰਿਹਾ, ਪਰ ਜੇ ਅਸੀਂ ਪਿਛਲੀ ਹਿੰਦੁਸਤਾਨ ਦੀ ਅਤੇ ਪੰਜਾਬ ਦੀ ਇਲੈਕਸ਼ਨ ਦੇਖੀਏ, ਜਨਰਲ ਇਲੈਕਸ਼ਨ ਹਿੰਦੁਸਤਾਨ ਦੀ ਅਤੇ ਪੰਜਾਬ ਦੀ, ਉਹਦੇ 'ਚ ਬਹੁਤ ਸਾਰੇ ਜਿਹੜੇ ਨਵੀਂ ਜਨਰੇਸ਼ਨ ਦੇ ਬੰਦੇ ਇੱਥੇ ਇਲੈਕਸ਼ਨ 'ਚ ਕੰਪੇਨ ਕਰਨ ਆਏ ਆਮ ਆਦਮੀ ਪਾਰਟੀ ਦੀ। ਬਿਲਕੁਲ, ਆਮ ਆਦਮੀ ਪਾਰਟੀ ਤੁਹਾਡੇ ਆਏ, ਬਿਲਕੁਲ ਸਹੀ ਗੱਲ ਆ। ਜੇ ਤੁਸੀਂ ਉਹਨਾਂ ਦਾ ਸਟੈਟਿਸਟਿਕਸ ਦੇਖੋਗੇ ਤਾਂ ਫਿਰ ਉਹ ਇਹਦਾ ਮਤਲਬ ਨਵੀਂ ਜਨਰੇਸ਼ਨ ਵੀ ਇਹ ਕਰਦੀ ਹੈ। ਨਹੀਂ, ਨਵੀਂ ਜਨਰੇਸ਼ਨ ਜਿਹੜੀ ਹੈ, ਤੁਸੀਂ ਇੱਕ ਗੱਲ ਆ, ਕੈਨੇਡਾ 'ਚੋਂ ਬਹੁਤੇ ਲੋਕ ਆਏ ਨੇ ਜੀ, ਬਾਕੀ ਜਗ੍ਹਾ ਤੋਂ ਬਹੁਤੇ ਲੋਕ ਨਹੀਂ, ਇੰਗਲੈਂਡ ਤੋਂ ਆਏ ਨੇ, ਇੰਗਲੈਂਡ ਤੋਂ ਆਏ, ਆਸਟ੍ਰੇਲੀਆ ਤੋਂ। ਲੇਕਿਨ ਉਹਨਾਂ ਦਾ ਨੰਬਰ ਜੇ ਤੁਸੀਂ ਗਿਣੋਗੇ 50 ਆ ਕਿ 100 ਆ ਕਿ 200, ਇਸ ਤੋਂ ਵੱਧ ਨੰਬਰ ਨਹੀਂ ਹੈ। ਨਹੀਂ, ਉਹਨਾਂ ਨੂੰ ਭੇਜਿਆ ਗਿਆ ਨਾ, ਭੇਜਿਆ ਗਿਆ, ਪੈਸੇ ਦੇ ਕੇ ਭੇਜਿਆ। ਉਹ ਕਿਉਂ, ਉਹਦਾ ਕਾਰਨ ਹੈ ਕਿ ਜਿਹੜਾ ਤੁਸੀਂ ਪਹਿਲੇ ਕਹਿੰਦੇ ਮੋਹ ਦੀਆਂ ਤੰਦਾਂ ਨੇ, ਉਹਦੇ ਨਾਲ ਉਹ ਜਾ ਕੇ ਜੁੜਦਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਿਸ ਕਿਸਮ ਦਾ ਅਨੁਸ਼ਾਸਨ ਉੱਥੇ ਆ, ਜਿਸ ਕਿਸਮ ਦੀ ਸਮਾਜਿਕ ਜੀਵਨ ਉੱਥੇ ਆ, ਜਿਸ ਕਿਸਮ ਦਾ ਇਹ ਸਾਰਾ ਸੋਸ਼ਲ ਇਨਵਾਇਰਮੈਂਟ ਉੱਥੇ ਬਣਿਆ ਹੋਇਆ, ਉਹ ਪੰਜਾਬ 'ਚ ਵੀ ਹੋਣਾ ਚਾਹੀਦਾ। ਜੇ ਕਰਪਸ਼ਨ ਫਰੀ ਸੁਸਾਇਟੀ ਉੱਥੇ, ਤੇ ਇੱਥੇ ਵੀ ਹੋਣੀ ਚਾਹੀਦੀ ਹੈ। ਇਸ ਕਰਕੇ ਉੱਥੇ ਆ ਰਿਹਾ, ਨਵੀਂ ਜਨਰੇਸ਼ਨ ਜਿਹੜੀ ਨੂੰ ਲੱਗਿਆ ਕਿ ਹੋ ਸਕਦਾ ਕਿ ਜਿਹੜੀਆਂ ਪੁਰਾਣੀਆਂ ਟ੍ਰੈਡੀਸ਼ਨਲ ਪਾਰਟੀਜ਼ ਨੇ ਉਹ ਇਹ ਨਹੀਂ ਦੇ ਪਾ ਰਹੀਆਂ, ਇਸ ਕਰਕੇ ਇਸ ਪਾਰਟੀ ਨਾਲ ਜੁੜ ਕੇ ਦੇਖੋ ਕਿ ਸ਼ਾਇਦ ਅਸੀਂ ਇਹ ਕਰਨ ਦੇ ਵਿੱਚ ਕਾਮਯਾਬ ਹੋ ਜਾਈਏ। ਇੱਕ ਤਾਂ ਇਹ ਕਾਰਨ ਸੀ ਉਹਦਾ। ਦੂਸਰਾ ਜਿਹੜੀ ਗੱਲ ਹੈ ਕਿ ਜਿਹੜੀ ਪਹਿਲੀ ਜਨਰੇਸ਼ਨ ਆ, ਉਹਨੂੰ ਲੋਕਲ ਜਿਹੜੇ ਜਦੋਂ ਜਾਂਦੇ ਨੇ ਉਹ ਚੀਜ਼ਾਂ ਹੌਂਟ ਕਰਦੀਆਂ ਰਹਿੰਦੀਆਂ, ਉਹਨਾਂ ਦਾ ਪਿੰਡ, ਉਹਨਾਂ ਦਾ ਸ਼ਹਿਰ ਦਾ ਸਥਾਨ, ਉਹਨਾਂ ਦੇ ਦੋਸਤ ਮਿੱਤਰ, ਸਾਰਾ ਕੁਛ ਉਹਨਾਂ ਨੂੰ ਹੌਂਟ ਕਰਦਾ। ਲੇਕਿਨ ਸੈਕਿੰਡ ਜਨਰੇਸ਼ਨ 'ਤੇ ਉਹ ਜਿਹੜੀ ਹੌਂਟਨੈਸ ਆ ਉਹ ਘੱਟ ਜਾਂਦੀ ਹੈ, ਥਰਡ 'ਤੇ ਹੋਰ ਵੀ ਜਾ ਕੇ ਜਿਹੜੀ ਘੱਟ ਜਾਂਦੀ ਹੈ। ਜਿਹੜੇ ਲੋਕਲ ਸੋਸ਼ਲ ਕਲਚਰਲ ਪ੍ਰੈਕਟਿਸਿਸ ਨੇ, ਜਿਹੜੀਆਂ ਮਤਲਬ ਸੋਸ਼ਲ ਐਂਡ ਸਾਈਕੋਲੋਜੀਕਲ ਜਿਹੜੇ ਪ੍ਰੋਸੈਸਿਸ ਨੇ, ਉਹਨਾਂ ਦੇ ਵਿੱਚ ਇਨਵੋਲਵ ਹੋ ਕੇ ਬਾਈ ਐਂਡ ਲਾਰਜ, ਕਿਉਂਕਿ ਉਹ ਬਰਥ ਕੰਟਰੀ ਉਹਨਾਂ ਦਾ ਉਹ ਆ ਜੀ, ਸਕੂਲਿੰਗ ਉਹਨਾਂ ਦੀ ਉੱਥੇ ਹੋਈ ਆ, ਉਹਨਾਂ ਦੇ ਦੋਸਤ ਉੱਥੋਂ ਦੇ ਨੇ, ਸਾਰਾ ਫਰੈਂਡਲੀ ਸਰਕਲ ਉਹ ਉੱਥੋਂ ਦਾ ਹੁੰਦਾ, ਤਾਂ ਉਸ ਦੇ ਵਿੱਚ ਉਹ ਜ਼ਿਆਦਾ ਮਤਲਬ ਮਿਕਸ ਅਪ ਹੁੰਦੇ, ਜਿਹੜੇ ਜਿਹਨੂੰ ਕਹਿੰਦੇ ਉਹ ਤਾਂ ਨੈਚੁਰਲ ਜਿਹੜੀ ਆ ਹੁੰਦੀ। ਡਾਕਟਰ ਮਨਜੀਤ, ਇੰਦਰਜੀਤ, ਤੁਸੀਂ ਸਾਹਿਤ ਦੇ ਵਿੱਚ ਵੀ ਇਹ ਕੁਛ ਦੇਖ ਰਹੇ ਹੋ ਕਿ ਜਿਹੜਾ ਉਹ ਸਾਹਿਤ ਲਿਖ ਰਹੇ ਨੇ ਉਹਦੇ 'ਚ ਅਤੇ ਸਾਡੇ ਵਾਲੇ 'ਚ ਜਿਹੜਾ ਜਿਹੜੇ ਵਿਸ਼ੇ ਨੇ, ਜਿਨ੍ਹਾਂ ਦੀ ਜਿਹੜੇ ਜਿਹੜੇ ਮੁੱਦਿਆਂ 'ਤੇ ਗੱਲ ਲਿਖੀ ਜਾ ਰਹੀ ਹੈ, ਕੋਈ ਫਰਕ ਹੈ? ਹਾਂ, ਉਹਦੇ 'ਚ ਕਾਫੀ ਫਰਕ ਹੈਗਾ, ਕਿਉਂਕਿ ਉਹ ਕਿਹੜੇ ਇਸ਼ੂ ਜ਼ਿਆਦਾ ਲੈਂਦੇ ਨੇ? ਉਹ ਇਸ਼ੂਜ਼ ਦੇਖੋ ਦੋ ਤਰ੍ਹਾਂ ਦੇ ਲੈਂਦੇ ਨੇ ਜ਼ਿਆਦਾ। ਇੱਕ ਤਾਂ ਇਹ ਹੈ ਕਿ ਜਿਹੜਾ ਪੰਜਾਬ ਨਾਲ ਲਿੰਕ ਹੈਗਾ ਉਹ ਤਾਂ ਹੈਗਾ ਹੀ ਹੈ ਜੀ, ਅਤੇ ਉਹ ਉਸਨੂੰ ਯਾਦ ਕਰਦੇ ਆ। ਦੂਜਾ ਜਿਹੜਾ ਇੱਕ ਕਿਸਮ ਦਾ ਵੈਸਟ ਦੇ ਵਿੱਚ ਨਾ ਇੱਕ ਦਵੰਦ ਵੀ ਹੈ ਬਹੁਤ ਵੱਡਾ ਜੀ, ਜਿਹੜਾ ਦਵੰਦ ਹੈ ਉਹ ਦਿਮਾਗੀ ਵੀ ਹੈ, ਹਿਊਮਨ ਵੀ ਹੈ, ਇਕਨੋਮਿਕ ਵੀ ਹੈ, ਪੋਲੀਟੀਕਲ ਵੀ ਹੈ, ਕਿਉਂਕਿ ਉੱਥੇ ਸਾਈਕੋਲੋਜੀਕਲ ਵੀ ਹੈ। ਇਹ ਸਾਰੇ ਲੋਕ ਜਾਣਦੇ ਨੇ ਕਿ ਵੈਸਟ ਵਿੱਚ ਲੋਕ ਚਲੇ ਤਾਂ ਜਾਂਦੇ ਨੇ, ਪਰ ਉੱਥੇ ਏਲੀਏਨੇਸ਼ਨ ਬਹੁਤ ਜ਼ਿਆਦਾ, ਖਾਸ ਕਰਕੇ ਬਜ਼ੁਰਗਾਂ ਦੀ ਏਲੀਏਨੇਸ਼ਨ ਉੱਥੇ ਬਹੁਤ ਜ਼ਿਆਦਾ ਹੈ, ਅਤੇ ਉੱਥੇ ਜਿਹੜੀ ਮੈਕਨਾਈਜੇਸ਼ਨ ਹੈ ਸਾਰੀ, ਜਾਂ ਕੰਜ਼ਿਊਮਰਿਜ਼ਮ ਹੈ ਸਾਰਾ, ਜਾਂ ਕਮੋਡੀਫਿਕੇਸ਼ਨ ਹੈ, ਉਹਦੇ ਨਾਲ ਜਿਹੜਾ ਦਵੰਦ ਹੈ ਨਾ ਉਹ ਕਈ ਵਾਰ ਬਹੁਤ ਦੁਖਾਂਤ ਵਿੱਚ ਬਦਲ ਜਾਂਦਾ ਹੈ। ਤੋ ਇਹ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਹੈਗਾ ਇਹ ਸਾਹਿਤ ਦੇ ਵਿੱਚ ਵੀ ਸਾਹਮਣੇ ਆਇਆ, ਖਾਸ ਕਰਕੇ ਪੋਇਟਰੀ ਅਤੇ ਸ਼ੋਰਟ ਸਟੋਰੀਜ਼ ਦੇ ਵਿੱਚ। ਪਹਿਲੇ ਦਰਸ਼ਕੋ, ਤੁਸੀਂ ਦੇਖਿਆ ਕਿ ਇਹ ਜਿਹੜਾ ਪ੍ਰਵਾਸੀਆਂ ਦਾ ਮੋਹ ਹੈ ਆਪਣੀ ਮਿੱਟੀ ਨਾਲ, ਮਿੱਟੀ ਨਾਲ ਹਮੇਸ਼ਾ ਮੋਹ ਹੁੰਦਾ ਹੀ ਹੈ, ਚਾਹੇ ਉਹ ਤੁਸੀਂ ਮਾਈਗ੍ਰੇਟ ਹੋ ਕੇ ਪ੍ਰਵਾਸ ਕਰਕੇ ਵਿਦਨ ਕੰਟਰੀ, ਜਿਹੜੇ ਪੰਜਾਬੀ ਕਲਕੱਤੇ ਗਏ ਨੇ, ਜਿਹੜੇ ਬੰਬੇ ਗਏ ਨੇ, ਜਿਹੜੇ ਦਿੱਲੀ 'ਚ ਵੱਸ ਰਹੇ, ਜਿੱਥੇ ਵੀ ਵੱਸ ਰਹੇ ਨੇ ਉੱਥੇ ਵੀ ਪੰਜਾਬ ਨਾਲ ਉਵੇਂ ਜੁੜੇ ਨੇ, ਜੇ ਉਹ ਬਾਹਰ ਚਲੇ ਗਏ ਫਿਰ ਵੀ ਜੁੜੇ ਹੋਏ ਨੇ, ਜੇ ਤੁਸੀਂ ਪਿੰਡ ਤੋਂ ਸ਼ਹਿਰ ਆ ਗਏ ਇਹ ਹੇਰਵਾ ਤਾਂ ਰਹਿਣਾ ਹੀ ਹੈ। ਲੇਕਿਨ ਜਿਹੜੀਆਂ ਮੋਹ ਦੀਆਂ ਤੰਦਾਂ ਨੇ, ਖਾਸ ਤੌਰ 'ਤੇ ਜਦੋਂ ਤੁਹਾਡੀ ਆਪਣੀ ਧਰਤੀ ਜਿੱਥੇ ਤੁਸੀਂ ਪੈਦਾ ਹੋਏ ਹੋ ਉੱਥੇ ਉਹ ਬਰਕਰਾਰ ਰਹਿੰਦੀਆਂ ਨੇ। ਅਤੇ ਮੈਨੂੰ ਯਾਦ ਹੈ ਕਿ ਇੱਕ ਸੰਪਾਦਕ ਨੇ ਮੈਨੂੰ ਦੱਸਿਆ, ਕਹਿੰਦਾ ਜਦੋਂ ਮੈਂ ਹਿੰਦੁਸਤਾਨ ਆ ਰਿਹਾ ਸੀ ਤਾਂ ਮੈਂ ਬੜਾ ਖੁਸ਼ ਸੀ, ਅਤੇ ਮੇਰਾ ਬੇਟਾ ਮੈਨੂੰ ਕਹਿੰਦਾ 8-10 ਸਾਲ ਦਾ ਕਿ ਤੁਸੀਂ ਪਾਪਾ ਇੰਨੇ ਖੁਸ਼ ਕਿਉਂ? ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੀ ਧਰਤੀ 'ਤੇ ਚੱਲਿਆ, ਉੱਥੇ ਮੇਰੀ ਮਾਂ ਬੋਲੀ ਆ, ਉੱਥੇ ਮੇਰੇ ਦੋਸਤ ਨੇ, ਉੱਥੇ ਮੈਂ ਜਾ ਕੇ ਜਿਹੜਾ ਖੁਸ਼ੀ ਮਹਿਸੂਸ ਕਰਦਾ। ਅਤੇ ਕਹਿੰਦਾ ਉਹ ਚੁੱਪ ਕਰ ਗਿਆ, ਅਤੇ ਜਦੋਂ ਕਹਿੰਦਾ ਅਸੀਂ ਵਾਪਸ ਜਾਣ ਲੱਗੇ ਅਤੇ ਉਹ ਬੜਾ ਖੁਸ਼ ਸੀ, ਕਹਿੰਦਾ ਮੈਂ ਇਹੀ ਸਵਾਲ ਉਹਨੂੰ ਕੀਤਾ ਵੀ ਅੱਜ ਤੂੰ ਬੜਾ ਖੁਸ਼ ਹੈ, ਕਹਿੰਦਾ ਉਸਨੇ ਬਿਲਕੁਲ ਸੇਮ ਜਵਾਬ ਦਿੱਤਾ ਕਿ ਮੈਂ ਹੁਣ ਆਪਣੇ ਘਰ ਚੱਲਿਆ, ਮੈਂ ਆਪਣੇ ਦੋਸਤਾਂ 'ਚ ਚੱਲਿਆ, ਮੇਰੀ ਧਰਤੀ ਉਹ ਹੈ, ਮੈਂ ਉੱਥੇ ਪੈਦਾ ਹੋਇਆ। ਅਤੇ ਸੋ ਉਹਨਾਂ ਦੀ ਜਿਹੜੀ ਨਵੀਂ ਜਨਰੇਸ਼ਨ ਹੈ
ਉਹਦੇ ਲਈ ਉਹਦੀਆਂ ਮੋਦੀਆਂ ਤੰਦਾਂ ਨੇ ਜਿੱਥੇ ਉਹ ਪੈਦਾ ਹੋਏ ਨੇ, ਉਹਨਾਂ ਦੀ ਧਰਤੀ ਮਾਂ ਉਹ ਹੈ ਅਤੇ ਦੂਜੀ ਜਨਰੇਸ਼ਨ ਦੀ ਧਰਤੀ ਮਾਂ ਇਹ ਹੈ। ਲੇਕਿਨ ਇੱਕ ਗੱਲ ਜਿਹੜੀ ਡਾਕਟਰ ਕੇਰ ਸਿੰਘ ਨੇ ਕਹੀ ਉਹਦੇ 'ਚ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਗੱਲ ਸਪੱਸ਼ਟ ਹੋਵੇਗੀ ਕਿ ਸਾਨੂੰ ਜੇ ਅਸੀਂ ਧਰਤੀ ਨਾਲ ਜੁੜੇ ਰਹਿਣਾ, ਪ੍ਰਵਾਸੀਆਂ ਨੇ ਜੇ ਮਾਂ ਬੋਲੀ ਨਾਲ ਜੁੜੇ ਰਹਿਣਾ, ਪੰਜਾਬੀ ਨਾਲ ਜੁੜੇ ਰਹਿਣਾ, ਅਤੇ ਜਾਂ ਜੇ ਉਹਨਾਂ ਨੇ ਧਰਮ ਨਾਲ ਜੁੜੇ ਰਹਿਣਾ, ਤਾਂ ਉਹਨਾਂ ਨੂੰ ਕੁਛ ਅੱਛੇ ਅੱਛੇ ਯਤਨ ਕਰਨ ਦੀ ਲੋੜ ਹੈ। ਉਹ ਜਿਹੜੇ ਯਤਨ ਜਿਹੜੇ ਵੀ ਪਰਿਵਾਰ ਕਰਦੇ ਨੇ ਉਹ ਜੁੜੇ ਵੀ ਹੋਏ ਨੇ, ਔਰ ਜਿਹੜੇ ਪਰਿਵਾਰਾਂ ਦੇ ਵਿੱਚ ਉਸ ਤਰ੍ਹਾਂ ਦੇ ਯਤਨ ਨਹੀਂ ਹੁੰਦੇ, ਤਾਂ ਜਿਵੇਂ ਡਾਕਟਰ ਮਨਜੀਤ ਨੇ ਦੱਸਿਆ, ਹੈ ਤਾਂ ਉਹ ਸੰਧੂ ਸਾਹਿਬ ਲੇਕਿਨ ਉਹ ਪੰਜਾਬੀ ਜਾਣਦੇ ਨਹੀਂ, ਹੈ ਸਰਦਾਰ ਲੇਕਿਨ ਬੋਲ ਨਹੀਂ ਸਕਦੇ। ਕਿਉਂ? ਕਿਉਂਕਿ ਉਹਨਾਂ ਨੇ ਕੋਈ ਅਚੇਚਾ ਯਤਨ ਨਹੀਂ ਕੀਤਾ। ਇਹ ਸਾਰੀਆਂ ਗੱਲਾਂ ਆਪਣੇ ਆਪ 'ਚ ਬਹੁਤ ਅਹਿਮ ਨੇ। ਔਰ ਡਾਕਟਰ ਮਨਜੀਤ ਇੰਦਰ ਹੋਣਾ ਨੇ ਜਿਵੇਂ ਕਿਹਾ ਕਿ ਸਾਹਿਤ ਦੇ ਵਿੱਚ ਵੀ ਉਹੀ ਕੁਛ ਆਏਗਾ, ਉਹ ਤਾਂ ਦਰਪਣ ਹੁੰਦਾ, ਸੁਸਾਇਟੀ ਦਾ ਦਰਪਣ ਹੁੰਦਾ, ਸਮਾਜ ਦਾ ਦਰਪਣ ਹੈ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਇਸ ਕਰਕੇ ਬਹੁਤ ਅਹਿਮ ਨੇ। ਇਹ ਡਾਇਸਪੋਰਾ ਆਪਣੇ ਆਪ 'ਚ ਬਹੁਤ ਵੱਡਾ ਸਬਜੈਕਟ ਬਣ ਗਿਆ, ਔਰ ਇਸ ਅੱਧੇ ਘੰਟੇ ਦੇ ਪ੍ਰੋਗਰਾਮ 'ਚ ਇਸ ਨੂੰ ਸਮੇਟਣਾ ਬਹੁਤ ਮੁਸ਼ਕਲ ਹੈ, ਪਰ ਅਸੀਂ ਵਾਅਦਾ ਕਰਦੇ ਹਾਂ ਕੋਈ ਨਾ ਕੋਈ ਅਸੀਂ ਇਸ ਕਿਸਮ ਦਾ ਪ੍ਰੋਗਰਾਮ ਤੁਹਾਡੇ ਨਾਲ ਅਸੀਂ ਸਾਂਝਾ ਕਰਦਾ ਰਹਾਂਗੇ। ਅੱਜ ਇੰਨਾ ਹੀ। ਡਾਕਟਰ ਕੇਰ ਸਿੰਘ, ਡਾਕਟਰ ਮਨਜੀਤ, ਡਾਕਟਰ ਮਨਜੀਤ ਇੰਦਰ, ਤੁਸੀਂ ਸਾਡੇ ਇਸ ਪ੍ਰੋਗਰਾਮ 'ਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ।